ਖਬਰਸਾਰ ਪ੍ਰੋਗਰਾਮ ਵਿੱਚ ਅੱਜ ਦੀ ਸਾਡੀ ਗੱਲਬਾਤ ਹੈਗੀ ਇੱਕ ਵੱਖਰੇ ਇਸ਼ੂ ਦੇ ਉੱਤੇ। ਅੱਜ ਅਸੀਂ ਗੱਲ ਕਰਾਂਗੇ ਇੱਕ ਧਾਰਮਿਕ ਮੁੱਦੇ ਉੱਤੇ, ਜਿਸ ਨੂੰ ਲੈ ਕੇ ਸਮੇਂ-ਸਮੇਂ ਤੇ ਕਈ ਕਿਸਮ ਦੇ ਵਿਵਾਦ ਉੱਠਦੇ ਰਹੇ ਨੇ। ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮੁੱਦੇ ਉੱਤੇ ਆਪਣੀ ਜਿਹੜੀ ਰਾਏ ਹੈਗੀ ਅਤੇ ਆਪਣਾ ਜਿਹੜਾ ਵਿਚਾਰ ਹੈ ਉਹ ਸਪਸ਼ਟ ਕਰਤਾ ਗਿਆ ਹੈ। ਸਾਡੀ ਮੁਰਾਦ ਹੈਗੀ ਹੈ ਦਸ਼ਮ ਗ੍ਰੰਥ ਦੇ ਨਾਲ, ਜਿਸ ਨੂੰ ਲੈ ਕੇ ਤਮਾਮ ਕਿਸਮ ਦੇ ਸਰਕਲਸ ਦੇ ਵਿੱਚ ਵਿਵਾਦ ਸਮੇਂ-ਸਮੇਂ ਤੇ ਉੱਠਦੇ ਰਹੇ ਨੇ। ਕ੍ਰਿਟਿਕਸ ਜਿਹੜੇ ਹੈਗੇ ਨੇ ਦਸ਼ਮ ਗ੍ਰੰਥ ਦੇ, ਉਹ ਕਹਿੰਦੇ ਨੇ ਕਿ ਹਮੇਸ਼ਾ ਅਕਸਰ ਇਸ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੀ ਜਾਂਦੀ ਹੈ, ਜੋ ਕਿ ਵਾਜਬ ਨਹੀਂ ਹੈ। ਅਤੇ ਇਸ ਦੇ ਨਾਲ ਹੀ ਇਸ ਇਹਨਾਂ ਲਿਖਤਾਂ ਉੱਤੇ ਕਈ ਕਿਸਮ ਦੇ ਇਤਰਾਜ਼ ਜਤਾਏ ਗਏ ਨੇ। ਉਹ ਲਿਖਤਾਂ ਜੋ ਕਿ ਦਸ਼ਮ ਗ੍ਰੰਥ ਵਿੱਚ ਸ਼ਾਮਿਲ ਨੇ, ਕਹਿਣਾ ਹੈ ਵੀ ਕਿਸੇ ਕਿਸਮ ਦੀ ਓਬਜੈਕਸ਼ਨੇਬਲ ਰੈਫਰੈਂਸਿਸ ਵਿੱਚ ਨੇ, ਜਿਹਨਾਂ ਨੂੰ ਕਿ ਐਕਸੈਪਟ ਨਹੀਂ ਕੀਤਾ ਜਾ ਸਕਦਾ। ਅਤੇ ਇਸ ਦੇ ਲਿਖਾਰੀ ਜਾਂ ਇਸ ਦੇ ਲੇਖਕ ਦੇ ਉੱਤੇ ਵੀ ਕਈ ਕਿਸਮ ਦੇ ਸਵਾਲ ਖੜ੍ਹੇ ਹੁੰਦੇ ਰਹੇ ਨੇ। ਅੱਜ ਅਸੀਂ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਇੱਕ ਕਾਫੀ ਖਾਸ ਪੈਨਲ ਇਸ ਵਕਤ ਮੌਜੂਦ ਹੈਗਾ। ਸਭ ਤੋਂ ਪਹਿਲਾਂ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਹੈਗੇ ਨੇ, ਜੋ ਕਿ ਐਡੀਟਰ ਸੰਤ ਸਿਪਾਹੀ ਨੇ। ਕਾਫੀ ਵਾਰ ਤੁਸੀਂ ਪੈਨਲ ਡਿਸਕਸ਼ਨ ਵਿੱਚ ਇਹਨਾਂ ਨੂੰ ਦੇਖ ਚੁੱਕੇ ਹੋ, ਰਾਜਨੀਤੀ ਮਾਫ ਕਰਨਾ ਧਾਰਮਿਕ ਮਾਮਲਿਆਂ ਦੇ ਜਾਣਕਾਰ ਨੇ। ਦੂਜਾ ਮੈਂ ਇੰਟਰੋਡਕਸ਼ਨ ਕਰਾਉਣਾ ਚਾਹਾਂਗਾ ਡਾਕਟਰ ਜੋਧ ਸਿੰਘ, ਜੋ ਕਿ ਪ੍ਰੋਫੈਸਰ ਆਫ ਸਿੱਖਿਜ਼ਮ ਹੈਗੇ ਨੇ, ਐਡੀਟਰ ਇਨ ਚੀਫ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਪੰਜਾਬੀ ਯੂਨੀਵਰਸਿਟੀ। ਅਤੇ ਇਹਨਾਂ ਨੇ ਟਰਾਂਸਲੇਸ਼ਨ ਕੀਤੀ ਹੈ ਦਸ਼ਮ ਗ੍ਰੰਥ ਦੀ ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ। ਕਾਫੀ ਜ਼ਿਆਦਾ ਤਜ਼ਰਬਾ ਇਹਨਾਂ ਨੂੰ ਇਸ ਗ੍ਰੰਥ ਬਾਰੇ, ਸ਼ਾਇਦ ਇਹਨਾਂ ਦੀ ਜਿੰਨੀ ਜਾਣਕਾਰੀ ਹੋਰ ਕਿਸੇ ਕੋਲ ਨਾ ਹੋਵੇ। ਤੀਜੇ ਸਾਡੇ ਗੈਸਟ ਅੱਜ ਨੇ ਡਾਕਟਰ ਹਰਪਾਲ ਸਿੰਘ ਪੰਨੂ, ਜੋ ਕਿ ਹੈੱਡ ਹੈਗੇ ਨੇ ਡਿਪਾਰਟਮੈਂਟ ਆਫ ਰਿਲੀਜੀਅਸ ਸਟੱਡੀਜ਼ ਅਤੇ ਗੁਰੂ ਨਾਨਕ ਸਟੱਡੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਇਸ ਡਿਸਕਸ਼ਨ ਵਿੱਚ। ਸ਼ੁਰੂਆਤ ਮੈਂ ਪਹਿਲਾਂ ਜੋਧ ਸਿੰਘ ਜੀ, ਜੋ ਕਿ ਵਿੱਚ ਬੈਠੇ ਨੇ, ਉਹਨਾਂ ਤੋਂ ਕਰਨਾ ਚਾਹਾਂਗਾ। ਜੋਧ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਵੀ ਕ੍ਰਿਟਿਕਸ ਜਿਹੜੇ ਹੈਗੇ ਨੇ ਦਸ਼ਮ ਗ੍ਰੰਥ ਦੇ, ਹਾਲਾਂਕਿ ਦਸ਼ਮ ਗ੍ਰੰਥ ਨੂੰ ਜਿਸ ਤਰੀਕੇ ਨਾਲ ਐਕਸੈਪਟੈਂਸ ਮਿਲ ਚੁੱਕੀ ਹੈ ਅਕਾਲ ਤਖਤ ਵੱਲੋਂ, ਇਹਦੇ ਬਾਰੇ ਕੋਈ ਭਰਮ ਭੁਲੇਖਾ ਨਹੀਂ ਹੈ। ਲੇਕਿਨ ਉਹਨਾਂ ਦਾ ਕਹਿਣਾ ਕਿ ਕੁਝ ਵੈਸਟਡ ਇੰਟਰਸਟ ਨੇ, ਜੋ ਕਿ ਦਰਜਾ ਬਰਾਬਰ ਦਾ ਦੇਣਾ ਚਾਹੁੰਦੇ ਨੇ ਦਸ਼ਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ। ਇਹ ਕਿੰਨੀ ਕੁ ਸੱਚਾਈ ਹੈ ਕਿ ਵਾਕਈ ਕੁਝ ਇਹਦੇ ਪਿੱਛੇ ਕੌਨਸਪੀਰੇਸੀ ਆਰਐਸਐਸ ਦੀ ਹੈਗੀ, ਜਿਵੇਂ ਕਿ ਉਹ ਐਟਰੀਬਿਊਟ ਕਰਦੇ ਨੇ? ਨਹੀਂ, ਮੈਨੂੰ ਤਾਂ ਇਹੋ ਹੀ ਲੱਗਦਾ ਕਿ ਬੇਸਿਕ ਵਿੱਚ ਉਹ ਕਹਿਣਾ ਇਹ ਚਾਹੁੰਦੇ ਨੇ ਵੀ ਦਸ਼ਮ ਗ੍ਰੰਥ ਦੀ ਲੋੜ ਕੀ ਹੈ, ਇਹ ਵਾਈ ਇਟ ਇਜ਼ ਹੀਅਰ ਵਿਦ ਅਸ। ਤੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਦਸ਼ਮ ਗ੍ਰੰਥ ਦੀ ਲੋੜ ਵਾਕਈ, ਮੈਂ ਵੀ ਜਦੋਂ ਟਰਾਂਸਲੇਟ ਕਰ ਰਿਹਾ ਸਾਂ, ਅਨੁਵਾਦ ਕਰ ਰਿਹਾ ਸਾਂ, ਇਹਦਾ ਬਨਾਰਸ ਸਾਂ ਜਦੋਂ ਮੈਂ, ਅਤੇ ਮੈਂ ਵੀ ਸੋਚਦਾ ਸਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਵੀ ਕੀਤੀ ਹੈ, ਅਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਕੰਟੀਨਿਊਟੀ ਦੇ ਵਿੱਚ ਹੀ ਇਹ ਵੀ ਗ੍ਰੰਥ ਹੈ, ਅਸੀਂ ਇਹ ਕਹਿ ਰਹੇ ਹਾਂ ਕਿ ਵੀ ਇਹ ਵੀ ਵਿਆਖਿਆ ਉਹਨਾਂ ਸਿਧਾਂਤਾਂ ਦੀ ਕਰਦਾ ਹੈ, ਅਤੇ ਫਿਰ ਭਾਈ ਗੁਰਦਾਸ ਜੀ ਤਾਂ ਕਰ ਚੁੱਕੇ ਸਨ ਪਹਿਲਾਂ ਹੀ, ਅਤੇ ਇਹਦੀ ਲੋੜ ਕੀ ਸੀ? ਲੇਕਿਨ ਜੇ ਅਸੀਂ ਥੋੜ੍ਹਾ ਜਿਹਾ ਗੌਰ ਨਾਲ ਦੇਖੀਏ ਤਾਂ ਸਾਨੂੰ ਇਹ ਪਤਾ ਲੱਗੇਗਾ ਕਿ ਭਾਈ ਗੁਰਦਾਸ ਜੀ ਨੇ 8-8 ਲਾਈਨਾਂ, 6-6 ਲਾਈਨਾਂ ਦੀਆਂ ਪੌੜੀਆਂ ਦੇ ਵਿੱਚ ਗੱਲ ਕੀਤੀ ਹੈ ਕਿ ਗੁਰਮੰਤਰ ਕੀ ਹੈ, ਵਾਹਿਗੁਰੂ ਕੀ ਹੈ, ਸਤਸੰਗਤ ਕੀ ਹੈ, ਮਨਮੁਖ ਕੀ ਹੈ, ਗੁਰਮੁਖ ਕੀ ਹੈ, ਜਾਂ ਜੇ ਉਹਨਾਂ ਨੇ ਵੇਦਾਂ ਔਰ ਸ਼ਾਸਤਰਾਂ ਦੇ ਰੈਫਰੈਂਸਿਸ ਵੀ ਦਿੱਤੇ ਨੇ, ਤਾਂ ਉਹ 4-4, 6-6 ਲਾਈਨਾਂ, 8-8 ਲਾਈਨਾਂ ਤੋਂ ਵੱਧ ਉਹਨਾਂ ਦੀ ਕੋਈ ਸ਼ਾਇਦ ਪੌੜੀ ਨਾ ਹੋਵੇ। ਦੂਸਰੀ ਗੱਲ ਇਹ ਹੈ ਕਿ ਉਹ ਇੰਨਾ ਸੰਖੇਪ ਨੇ ਕਿ ਉਹਦੇ ਤੋਂ ਪੂਰੀ ਡਿਟੇਲਡ ਵਿਆਖਿਆ ਜਿਹੜੀ ਹੈ ਉਹ ਸ਼ਾਇਦ ਸਾਨੂੰ ਨਹੀਂ ਸਮਝ। ਓਬਜੈਕਸ਼ਨ ਜ਼ਿਆਦਾਤਰ ਦਸ਼ਮ ਗ੍ਰੰਥ ਇਸ ਵਾਸਤੇ ਉੱਠਦੇ ਨੇ, ਕਹਿੰਦੇ ਵੀ ਇਹਦੇ ਵਿੱਚ ਜਿਹੜੇ ਰੈਫਰੈਂਸਿਸ ਨੇ ਕਾਫੀ ਜ਼ਿਆਦਾ ਓਬਜੈਕਸ਼ਨੇਬਲ ਨੇ, ਉਹਨਾਂ ਨੂੰ ਘਰ ਵਿੱਚ ਬੈਠ ਕੇ ਪੜ੍ਹਿਆ ਨਹੀਂ ਜਾ ਸਕਦਾ। ਕਹਾਣੀਆਂ ਹੈਗੀਆਂ ਨੇ, ਜ਼ਿਕਰ ਕੀਤਾ ਜਾਂ ਐਨੈਕਡੋਟਸ ਹੈਗੀਆਂ ਨੇ, ਕਹਾਣੀਆਂ ਹੈਗੀਆਂ ਨੇ, ਜੋ ਕਿ ਆਪਣੇ ਆਪ ਵਿੱਚ, ਜੇ ਉਹ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹਾਂਗਾ, ਲੇਕਿਨ ਉਹ ਆਪਣੇ ਆਪ ਵਿੱਚ ਓਬਜੈਕਸ਼ਨੇਬਲ ਨੇ, ਉਹਨਾਂ ਨੂੰ ਘਰ ਵਿੱਚ ਧੀ ਭੈਣਾਂ ਨਾਲ ਬੈਠ ਕੇ ਨਹੀਂ ਸੁਣਿਆ ਜਾ ਸਕਦਾ। ਇਹ ਗੱਲ ਜਿਹੜੀ ਹੈ ਤੇ ਬਿਲਕੁਲ ਹੀ ਨਿਰਮੂਲ ਇਸ ਕਰਕੇ ਵੀ ਲੱਗਦੀ ਹੈ ਕਿ ਜਿੰਨਾ ਨੰਗੇਜ ਇਸ ਵੇਲੇ ਖਾਸ ਤੌਰ 'ਤੇ ਪੰਜਾਬੀ ਚੈਨਲਾਂ ਦੇ ਉੱਤੇ ਦਿਖਾਇਆ ਜਾ ਰਿਹਾ ਹੈ, ਉਹਦਾ ਤੇ ਇਹ ਸੌਵਾਂ ਹਿੱਸਾ ਵੀ ਨਹੀਂ ਹੈ। ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਟੀਵੀ ਚੈਨਲਾਂ ਦੇ ਨਾਲ, ਤਾਂ ਇਹ ਤਾਂ ਆਪਾਂ ਗੱਲ ਕਰ ਰਹੇ ਹਾਂ। ਦਰਅਸਲ ਉਹ ਮਨ ਦੀ ਅਵਸਥਾ ਹੈ ਲੋਕਾਂ ਦੀ, ਇਹ ਤੇ ਪੜ੍ਹਨਾ ਹੈ ਔਰ ਉਹਨੂੰ ਤੁਸੀਂ ਕਿਸੇ ਰੈਫਰੈਂਸ ਦੇ ਵਿੱਚ, ਕੰਟੈਕਸਟ ਵਿੱਚ ਸਮਝਣਾ। ਡਾਕਟਰ ਜੋਧ ਸਿੰਘ ਜੀ ਤੋਂ ਮੈਂ ਪੁੱਛਣਾ ਚਾਹਾਂਗਾ, ਇਹ ਜੋ ਮੈਂ ਗੱਲ ਕੀਤੀ ਹੈ, ਹਾਂਜੀ ਪੰਨੂ ਸਾਹਿਬ ਤੋਂ, ਪੰਨੂ ਸਾਹਿਬ ਇਹ ਦੱਸੋ ਵੀ ਇਹ ਜਿਹੜੀ ਗੱਲ ਹੈਗੀ ਵੀ ਇਸ ਕਿਸਮ ਦੇ ਰੈਫਰੈਂਸਿਸ ਨੇ, ਓਬਜੈਕਸ਼ਨੇਬਲ ਨੇ, ਕਹਾਣੀਆਂ ਹੈਗੀਆਂ ਨੇ ਜੋ ਕਿ ਤੁਹਾਡੇ ਸੈਂਸਿਸ ਨੂੰ ਸੂਟ ਕਰਦੀਆਂ ਨੇ, ਉਸ ਕਿਸਮ ਦੀ ਚਰਿੱਤਰ ਕਥਾਵਾਂ ਨਹੀਂ ਹੈਗੀਆਂ ਜੋ ਕਿ ਸ਼ਾਇਦ ਆਪਾਂ ਕਹਿ ਸਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਅਤੇ ਇਸ ਤਰੀਕੇ ਨਾਲ ਉਹਨਾਂ ਦੀ ਤੁਲਨਾ ਵੀ ਨਹੀਂ ਕੀਤੀ ਜਾ ਸਕਦੀ। ਦੇਖੋ, ਜੇ ਆਲੋਚਕ ਨੇ ਆਲੋਚਨਾ ਦੇ ਮਕਸਦ ਨਾਲ ਹੀ ਧਰਮ ਗ੍ਰੰਥਾਂ ਦੀ ਪਰਖ ਕਰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਇਹ ਇਤਰਾਜ਼ਯੋਗ ਪੰਕਤੀਆਂ ਕੱਢ ਦਿੰਦੇ ਨੇ। ਰਿਗਵੇਦ ਦੇ ਵਿੱਚ ਇਤਰਾਜ਼ਯੋਗ ਕਹਾਣੀਆਂ ਦੱਸੀਆਂ ਜਾਂਦੀਆਂ ਨੇ। ਵੈਦਿਕ ਪਰੰਪਰਾ ਦੇ ਵਿੱਚ, ਪੁਰਾਣ ਕਥਾਵਾਂ ਦੇ ਵਿੱਚ ਕਾਫੀ ਕੁਛ ਅਜਿਹੀ ਸਮੱਗਰੀ ਹੈ ਜਿਹਨੂੰ ਸਮਾਜ ਪ੍ਰਵਾਨ ਨਹੀਂ ਕਰਦਾ। ਲੇਕਿਨ ਦੇਖੀ ਚੈਲੰਜ ਕਰਦੇ ਨੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਛ ਐਸੀ ਚੀਜ਼ ਕੱਢ ਕੇ ਦਿਖਾਓ ਅਤੇ ਦਸ਼ਮ ਗ੍ਰੰਥ ਦੇ ਵਿੱਚ ਜਿਹਦਾ ਕਿ ਵਿਚਾਰ ਤੁਸੀਂ ਘਰਦਿਆਂ ਨਾਲ ਬੈਠ ਕੇ ਕਰ ਸਕਦੇ ਹੋ। ਨਹੀਂ, ਹੁਣ ਜੇ ਆਪਾਂ ਮੀਨਿੰਗ ਇਸ ਤਰੀਕੇ ਨਾਲ ਹੀ ਕੱਢਣੇ ਹੋਣ ਕਿ ਉਹ ਇਤਰਾਜ਼ਯੋਗ ਲੱਗਣ ਹਰੇਕ ਨੂੰ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੋੜੇ ਮੁੜ ਜਾਏ, ਇਹ ਪੰਕਤੀਆਂ ਨੇ ਜਿਹੜੀਆਂ ਇਹਨਾਂ ਦੇ ਅਰਥ ਉਹ ਵਾਹੀਅਤ ਕਰਦੇ ਨੇ। ਤੋ ਇਹ ਤਰੀਕਾ
ਪੈਗੰਬਰ ਗੁਰੂ ਰਿਸ਼ੀ ਇਹ ਪਰਫੈਕਸ਼ਨ ਦੇ ਚਿੰਨ੍ਹ ਨੇ ਸੰਪੂਰਨ ਨੇ ਅਤੇ ਇਹਨਾਂ ਦੀ ਲਾਈਫ ਪ੍ਰਤੀ ਜਿਹੜੀ ਹੈ ਜਗਿਆਸਾ ਉਹ ਵੀ ਸੰਪੂਰਨ ਹੈ ਅਤੇ ਇਹਨਾਂ ਦੀ ਰਚਨਾਵਾਂ ਵੀ ਸੰਪੂਰਨ ਨੇ ਜਿਨ੍ਹਾਂ ਨੂੰ ਅਸੀਂ ਟੋਟੇ ਕਰਕੇ ਨਹੀਂ ਦੇਖਦੇ ਠੀਕ ਹੈ ਤੋ ਸਿਆਣੇ ਪੁਰਖ ਇਹ ਕਹਿੰਦੇ ਨੇ ਕਿ ਦਸਮ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਸਾਹਮਣੇ ਦਿਸਦੇ ਪ੍ਰਤੱਖ ਸੰਸਾਰ ਦੀ ਕਹਾਣੀ ਦੱਸਦੀ ਹੈ ਸਾਨੂੰ ਯਾਨੀ ਜੇ ਆਪਾਂ ਇਹਨਾਂ ਦਾ ਪ੍ਰੈਕਟੀਕਲ ਪ੍ਰੈਕਟੀਕਲ ਫਰਕ ਰੱਖਣਾ ਚਾਹੀਦਾ ਲਾਈਫ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਸੁਰ ਹੈ ਨਾ ਉਹ ਨਿਰੰਕਾਰ ਅਕਾਲ ਪੁਰਖ ਦੀ ਹੈ ਅਦ੍ਰਿਸ਼ਟ ਅਦਿੱਖ ਅਤੇ ਦਸਮ ਗ੍ਰੰਥ ਦੀ ਰਚਨਾ ਹੁੰਦੀ ਹੈ ਜਦੋਂ ਇਹਨੂੰ ਆਪਾਂ ਫਲਸਫੇ ਦੇ ਵਿੱਚ ਵੈਨ ਗੋਡ ਐਂਟਰਸ ਇਨ ਟੂ ਹਿਸਟਰੀ ਠੀਕ ਤੋ ਇੱਥੇ ਅਸੀਂ ਬੈਠੇ ਹਾਂ ਦੇਖ ਰਹੇ ਹਾਂ ਚਾਰੇ ਪਾਸੇ ਇਹ ਵੀ ਤਾਂ ਰੱਬ ਦੀ ਕ੍ਰੀਏਸ਼ਨ ਹੈ ਸੋ ਜਦੋਂ ਰੱਬ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਵਿਚਰਦਾ ਹੈ ਤਾਂ ਉਹ ਜਰਨੈਲ ਵੀ ਹੈ ਉਹ ਸ਼ਾਇਰ ਵੀ ਹੈ ਉਹ ਰਾਜਨੀਤੀਵਾਨ ਵੀ ਹੈ ਅਤੇ ਉਹ ਫਿਰ ਇਹ ਵੀ ਦੱਸਣਾ ਚਾਹੁੰਦੇ ਨੇ ਗੁਰੂ ਮਹਾਰਾਜ ਕਿਉਂਕਿ ਪਰਫੈਕਟ ਨੇ ਉਹ ਸਾਨੂੰ ਪਰਫੈਕਟ ਕਰਨਾ ਕਿ ਜੀਵਨ ਦੇ ਵਿੱਚ ਉੱਤਮ ਅਤੇ ਮਾੜੇ ਮਰਦ ਅਤੇ ਔਰਤਾਂ ਹੈ ਸੋ ਇਹ ਜਿਹੜੀਆਂ ਨੇ ਨਾ ਕਥਾਵਾਂ ਜਿਹਨਾਂ ਨੂੰ ਇਤਰਾਜੋ ਆਖਿਆ ਜਾਂਦਾ ਇੱਕ ਕਥਾ ਮਾੜੇ ਬੰਦੇ ਮਾੜੀ ਔਰਤ ਦੀ ਸੁਣਾ ਕੇ ਉਹ ਤੋਂ ਬਾਅਦ ਫਿਰ ਤੱਤ ਸਾਰ ਜਿਹੜਾ ਕੱਢਿਆ ਜਾਂਦਾ ਹੈ ਕਿ ਨਤੀਜੇ ਇਹਦੇ ਇਹ ਨਿਕਲਣਗੇ ਠੀਕ ਹੈ ਲਾਂਬਾ ਸਾਹਿਬ ਹੈਗੇ ਨੇ ਸੰਖੇਪ ਦੇ ਵਿੱਚ ਕੀ ਸਮਾਂ ਸਾਡਾ ਬ੍ਰੇਕ ਆਉਣ ਵਾਲੀ ਹੈ ਬਹੁਤ ਮੈਂ ਤੁਹਾਨੂੰ ਜਾਣਦਾ ਕਿ ਕੀ ਕੀ ਇਹ ਕਿਹਾ ਜਾਂਦਾ ਵੀ ਇਹਦੇ ਲੇਖਕ ਜਿਹੜੇ ਹੈਗੇ ਨੇ ਕੋਈ ਹੋਰ ਹੀ ਸਨ ਕ੍ਰਿਟਿਕਸ ਕਹਿੰਦੇ ਨੇ ਇਹ ਚੀਜ਼ ਜਿਹੜਾ ਇਹ ਮੁੱਦਾ ਜਿਹੜਾ ਦਿੱਤਾ ਗਿਆ ਹੈ ਬੜਾ ਇੰਪੋਰਟੈਂਟ ਹੈ ਇਸ ਨੂੰ ਸਮਝਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਨੂੰ ਸਮਝਣਾ ਪਏਗਾ ਜਿਹੜਾ ਉਹਨਾਂ ਨੇ ਖੁਦ ਕਲਮਬੱਧ ਕੀਤਾ ਉਹ ਕਹਿੰਦੇ ਹਨ ਕਿ ਰੱਬ ਦਾ ਜਿਹੜਾ ਸਰੂਪ ਹੈ ਕਤੂ ਵਿਚਾਰ ਅਬਿਚਾਰ ਕੋ ਵਿਚਾਰਤ ਹੋ ਸ਼ੁਭ ਵਿਚਾਰਾਂ ਦੇ ਵਿਚਾਰ ਤੇ ਹਰ ਕਿਸੇ ਨੇ ਸੋਝੀ ਮੰਗੀ ਹੈ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਪਰਮਾਤਮਾ ਕੋਲੋਂ ਸ਼ੁਭ ਵਿਚਾਰ ਤੇ ਅਬਿਚਾਰ ਦੋਨਾਂ ਦੀ ਵਿਚਾਰ ਦੀ ਗੱਲ ਕਰਦੇ ਹਨ ਉਹ ਕਹਿੰਦੇ ਨੇ ਕਤੂ ਵਿਚਾਰ ਅਬਿਚਾਰ ਕੋ ਵਿਚਾਰਤ ਹੋ ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ ਹੇ ਪਰਮਾਤਮਾ ਤੂੰ ਮੈਨੂੰ ਨਿਜ ਨਾਰ ਤੇ ਪਰ ਨਾਰ ਦੇ ਕੰਸੈਪਟ ਨੂੰ ਵੀ ਕਲੀਅਰ ਕਰ ਯਾਨੀ ਕਿ ਤੁਸੀਂ ਕਹਿ ਰਹੇ ਹੋ ਨੈਗੇਟਿਵਿਟੀ ਦਾ ਜਿਹੜਾ ਕੰਸੈਪਟ ਹੈਗਾ ਨੈਗੇਟਿਵਿਟੀ ਦਾ ਅੱਜ ਜੇਕਰ ਉਸ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਤੋਂ ਦੂਸਰੇ ਢੰਗ ਨਾਲ ਕਿਹਾ ਗਿਆ ਕੁਚੱਜੀ ਤੇ ਸੁਚੱਜੀ ਠੀਕ ਹੈ ਜੀ ਉਸ ਦੇ ਵਿੱਚ ਵੀ ਉਸ ਉਹਨਾਂ ਨੇ ਸੁਹਾਗਣ ਤੇ ਦੁਹਾਗਣ ਦਾ ਕਨਸੈਪਟ ਬਾਰ ਬਾਰ ਆਇਆ ਹੈ ਇਸ ਗੁਰਮੁਖ ਤੇ ਮਨਮੁਖ ਦਾ ਕਨਸੈਪਟ ਆਇਆ ਹੈ ਇਸ ਚੀਜ਼ ਨੂੰ ਸਮਝਣ ਲਈ ਇਹਦੇ ਵਿੱਚ ਮੈਂ ਇੱਕ ਜ਼ਰੂਰ ਤੁਹਾਨੂੰ ਕਹਿਣਾ ਚਾਹਾਂਗਾ ਇੱਕ ਲਾਈਨ ਦੇ ਵਿੱਚ ਬਿਲਕੁਲ ਇਸ ਦੇ ਵਿੱਚ ਇੱਕ ਲਾਈਨ ਜਿਹੜੀ ਜਿਹੜੇ ਕੁਛ ਲਫ਼ਜ਼ ਇਹਦੇ ਉੱਤੇ ਇਤਰਾਜ਼ ਕੀਤੇ ਜਾਂਦੇ ਮੈਂ ਲਾਂਬਾ ਜੀ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਬ੍ਰੇਕ ਕਿਉਂਕਿ ਗੱਲ ਲੰਬੀ ਜਾ ਰਹੀ ਹੈ ਇੱਕ ਛੋਟਾ ਕਮਰਸ਼ੀਅਲ ਬ੍ਰੇਕ ਬ੍ਰੇਕ ਤੋਂ ਬਾਅਦ ਉਹ ਲਫ਼ਜ਼ਾਂ ਦੀ ਉਹ ਇਤਰਾਜ਼ਯੋਗ ਜਿਹੜੀ ਰੈਫਰੈਂਸਿਸ ਨੇ ਉਹਨਾਂ ਦੀ ਗੱਲ ਕਰਾਂਗੇ ਅਤੇ ਇੱਕ ਇੱਕ ਚੀਜ਼ ਇਸ ਗੱਲ ਨੂੰ ਲੈ ਕੇ ਹੋਰ ਵੀ ਆਉਂਦੀ ਹੈ ਦਸਮ ਗ੍ਰੰਥ ਨੂੰ ਇਸ ਉੱਤੇ ਇਹਦੇ ਓਰੀਜਨ ਬਾਰੇ ਕਾਫੀ ਕਿਸਮ ਦੇ ਪਰਮ ਹੈਗੇ ਨੇ ਜਿਨ੍ਹਾਂ ਉੱਤੇ ਕਿ ਜਨਤਾ ਜਾਣਨਾ ਚਾਹੁੰਦੀ ਹੈ ਲੋਕ ਜਾਣਨਾ ਚਾਹੁੰਦੇ ਨੇ ਉਸ ਉੱਤੇ ਗੱਲਬਾਤ ਸਾਡੀ ਬ੍ਰੇਕ ਤੋਂ ਬਾਅਦ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇਹਦੇ ਜਾਰੀ ਰਹੇਗੀ ਸਾਡੀ ਗੱਲਬਾਤ ਚੱਲਦੀ ਹੈ ਖਬਰਸਾਰ ਪ੍ਰੋਗਰਾਮ ਵਿੱਚ ਦਸਮ ਗ੍ਰੰਥ ਜਿਸ ਨੂੰ ਲੈ ਕੇ ਕਿ ਕਾਫੀ ਜ਼ਿਆਦਾ ਕੰਟਰੋਵਰਸੀ ਪਹਿਲਾਂ ਰਹੀ ਹਾਲਾਂਕਿ ਇਹ ਦਸਮ ਗ੍ਰੰਥ ਨੂੰ ਐਕਸੈਪਟੈਂਸ ਪੂਰੀ ਤਰ੍ਹਾਂ ਨਾਲ ਮਿਲ ਚੁੱਕੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੇਕਿਨ ਅਜੇ ਵੀ ਜਿਹੜੇ ਕ੍ਰਿਟਿਕਸ ਨੇ ਉਹਨਾਂ ਦਾ ਇਹ ਮੰਨਣਾ ਵੀ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ ਜੋ ਕਿ ਕਿਤੇ ਸ਼ਾਇਦ ਹੋ ਵੀ ਨਹੀਂ ਰਹੀ ਹੈ ਲੇਕਿਨ ਕ੍ਰਿਟਿਕਸ ਇਹ ਗੱਲ ਮੰਨਦੇ ਨੇ ਵੀ ਇੱਕ ਐਸੀ ਰਾਈਟਿੰਗ ਹੈਗੀ ਹੈ ਜਿਸ ਵਿੱਚ ਕਈ ਓਬਜੈਕਸ਼ਨੇਬਲ ਚੀਜ਼ਾਂ ਨੇ ਜੋ ਕਿ ਸ਼ੋਭਦੀਆਂ ਨਹੀਂ ਹੈਗੀਆਂ ਅਤੇ ਇਹਦੇ ਓਰੀਜਨ ਨੂੰ ਲੈ ਕੇ ਵੀ ਕਈ ਕਿਸਮ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਗੁਰਚਰਨਜੀਤ ਸਿੰਘ ਲਾਂਬਾ ਜੀ ਐਡੀਟਰ ਸੰਤ ਸਿਪਾਹੀ ਇਹਨਾਂ ਤੋਂ ਗੱਲਬਾਤ ਸ਼ੁਰੂ ਕਰਦੇ ਲਾਂਬਾ ਸਾਹਿਬ ਓਬਜੈਕਸ਼ਨਲ ਰੈਫਰੈਂਸਿਸ ਦਾ ਗੱਲ ਕਰ ਰਹੇ ਸੀ ਐਸੀ ਕੀ ਚੀਜ਼ਾਂ ਹੈਗੀਆਂ ਨੇ ਜੋ ਕਿ ਸਮਝਦੇ ਨੇ ਕ੍ਰਿਟਿਕਸ ਵੀ ਇਹ ਚੀਜ਼ ਨਹੀਂ ਐਕਸੈਪਟ ਨਹੀਂ ਕੀਤੀ ਜਾ ਸਕਦੀ ਘਰੇ ਬੈਠ ਕੇ ਅਸੀਂ ਪੜ੍ਹ ਨਹੀਂ ਸਕਦੇ ਵਿਚਾਰ ਨਹੀਂ ਕਰ ਸਕਦੇ ਫੈਮਿਲੀ ਦੇ ਵਿੱਚ ਡਿਸਕਸ ਨਹੀਂ ਕਰ ਸਕਦੇ ਬਿਲਕੁਲ ਠੀਕ ਹੈ ਹੁਣ ਇਸ ਵਿੱਚ ਮੈਂ ਸਿਰਫ ਇੱਕ ਤੁਹਾਨੂੰ ਲਫ਼ਜ਼ ਦੇਣਾ ਚਾਹਾਂਗਾ ਜਿਹੜਾ ਕਿ ਬਹੁਤ ਅਹਿਮ ਹੈ ਕਿ ਇੱਕ ਇਤਰਾਜ਼ ਜੋ ਦਸਮ ਗ੍ਰੰਥ ਦੀ ਇੱਕ ਤੁੱਕ ਹੈ ਇੱਕ ਛੰਦ ਹੈ 244 ਚਰਿੱਤਰ ਦੇ ਵਿੱਚ ਉਹ ਚਾਰ ਤੁੱਕਾਂ ਦਾ ਇੱਕ ਛੰਦ ਹੈ ਉਹਦੇ ਅਖੀਰ ਵਿੱਚ ਉਸਨੂੰ ਕਲੋਜ਼ਿੰਗ ਜਿਹੜਾ ਕੀਤਾ ਗਿਆ ਉਹ 20 ਨੰਬਰ ਦਾ ਛੰਦ ਹੈਗਾ ਹੁਣ ਉਹ ਇੱਕ ਸੰਵਾਦ ਹੈ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇੱਕ ਕੰਕਰੀਟ ਐਗਜ਼ਾਮਪਲ ਦੇਣਾ ਚਾਹੁੰਦਾ ਮੈਂ ਉਹ ਜਾਣਾ ਚਾਹਾਂਗਾ ਕਿ ਉਹ ਸਮਾਂ ਸਾਡੇ ਕੋਲ ਥੋੜਾ ਲਿਮਿਟ ਕਰ ਰਿਹਾ ਦੇਣਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਤਰ੍ਹਾਂ ਆਂਦਾ ਹੈ ਕਿ ਛੋੜ ਰਾਮ ਕੀ ਨਾ ਭਜੇ ਖੁਦਾਏ ਹੁਣ ਕੱਲ ਨੂੰ ਕਵੇ ਜੀ ਕਿ ਰਾਮ ਨੂੰ ਕਿਉਂ ਨਹੀਂ ਛੱਡ ਦਿੰਦਾ ਪਰ ਇਹ ਨਹੀਂ ਹੈ ਇਹਦੇ ਵਿੱਚ ਚਾਰ ਤੁੱਕਾਂ ਦਾ ਇੱਕ ਲਫ਼ਜ਼ ਹੈ ਜਿਵੇਂ ਮੈਂ ਸ਼ੁਰੂ 'ਚ ਕੀਤਾ ਗੁਰੂ ਸਾਹਿਬ ਕਹਿੰਦੇ ਨਿਜ ਨਾਰ ਤੇ ਪਰ ਨਾਰ ਦਾ ਕਨਸੈਪਟ ਸਮਝਾ ਦਿਓ ਉਹ ਚਾਰ ਤੁੱਕਾਂ ਹਨ ਪਹਿਲੀ ਲਾਈਨ ਹੈ ਕਿ ਕਾਮਾ ਤੁਰ ਹੋ ਜੋ ਤ੍ਰੀਏ ਪੁਰਖ ਪ੍ਰਤ ਆਵੀ ਘੋਰ ਨਰਕ ਮੈਂ ਪਰੇ ਜੋ ਤਾਹੇ ਨਰ ਆਵਹੀ ਜੇ ਕੋਈ ਇਸਤਰੀ ਕਾਮ ਅਧੀਨ ਪੁਰਸ਼ ਕੋਲ ਆਉਂਦੀ ਹੈ ਨਿਜ ਨਾਰ ਦੀ ਕਨਸੈਪਟ ਦੀ ਗੱਲ ਕਰ ਰਹੇ ਹੈ ਤੇ ਅਗਰ ਉਸਨੂੰ ਨਹੀਂ ਮਿਲਦਾ ਤੇ ਉਹ ਨਰਕ ਜਾਏਗਾ ਇਸ ਦੇ ਨਾਲ ਹੀ ਇਸਦਾ ਜਵਾਬ ਹੈ ਕਿ ਜੋ ਪਰ ਤ੍ਰੀਏ ਪਰ ਸੇਜ ਭਜਤ ਹੈ ਜਾਏ ਕਰ ਹੋ ਪਾਪ ਕੁੰਡ ਮੈਂ ਪਰੇ ਸੁਪਾਏ ਤਾਏ ਕਰ ਜੇ ਪਰ ਨਾਰੀ ਦੇ ਨਾਲ ਅਡਲਟਰੀ ਅਗਰ ਕਰਦਾ ਹੈ ਉਸਨੂੰ ਇੱਕ ਸੈਕਿੰਡ ਵੀ ਨਹੀਂ ਲੱਗੇਗਾ ਉਸ ਨਰਕ ਵਿੱਚ ਜਾਣ ਲੱਗਿਆ ਨਿਜ ਨਾਰ ਦਾ ਔਰ ਪਰ ਨਾਰ ਦਾ ਕਨਸੈਪਟ ਦੇ ਦਿੱਤਾ ਹੁਣ ਇੱਕ ਜਿਹੜੇ ਆਪਣੇ ਆਪ ਨੂੰ ਗੁਰੂ ਮਿਸ਼ਨਰੀ ਕਹਿੰਦੇ ਆ ਉਹਨਾਂ ਨੇ ਲਿਟਰੇਚਰ ਛਾਪਿਆ
ਚਾਰ ਲਾਈਨਾਂ ਦੇ ਵਿੱਚੋਂ ਪਹਿਲੀਆਂ ਦੋ ਲਾਈਨਾਂ ਛਾਪ ਦਿੱਤੀਆਂ ਔਰ ਅਖੀਰਲੀਆਂ ਦੋ ਲਾਈਨਾਂ ਛੱਡ ਦਿੱਤੀਆਂ ਉੱਥੇ ਹੀ ਕਲੋਜ਼ਿੰਗ ਦੋ ਲਾਈਨਾਂ 'ਚ ਕਰ ਦਿੱਤੀ। ਇਹ ਨਿਰੀ ਸ਼ਰਾਰਤ ਹੈ, ਇਸ ਤੋਂ ਵੱਧ ਕੁਛ ਨਹੀਂ। ਪਰ ਇਸ ਦੇ ਨਾਲ ਹੀ ਇੱਕ ਲਫ਼ਜ਼ ਸਰ ਹੋਰ ਬਹੁਤ ਇੰਪੋਰਟੈਂਟ ਹੈਗਾ ਕਿ ਮੈਂ ਹਾਂਜੀ ਉਹਦੇ ਵਿੱਚ ਇਹ ਹੈਗਾ ਇਹਨਾਂ ਨੇ ਇਹ ਸਾਰਾ ਕੁਛ ਛਾਪਣ ਤੋਂ ਬਾਅਦ ਲਿਖ ਦਿੱਤਾ ਜਿਹੜੀ ਗੁਰੂ ਨਿੰਦਾ ਦਾ ਇਹਨਾਂ ਦਾ ਮਕਸਦ ਹੈ ਉਹ ਕਹਿੰਦੇ ਹਨ ਕਿ ਇਹ ਸਾਰੀਆਂ ਕੋਕ ਸ਼ਾਸਤਰ ਭਰੀਆਂ ਰਚਨਾਵਾਂ। ਨਾਲ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਮਾਨਤਾ ਦੇ ਦਿੱਤੀ, ਨਾਲ ਕਹਿੰਦੇ ਇਹਨਾਂ ਰਚਨਾਵਾਂ ਦੇ ਪ੍ਰਤੀ ਗੁਰੂ ਸਾਹਿਬ ਨੇ ਇਹ ਡਿਕਲੇਅਰ ਕਰਤਾ ਲੋਕਾਂ 'ਚ ਮਸ਼ਹੂਰ ਕਰਤਾ ਮੇਰੀ ਰਚਨਾ। ਦਰਅਸਲ ਇਹਨਾਂ ਵਿੱਚੋਂ ਕਿਸੇ ਨੇ ਵੀ ਦਸਮ ਗ੍ਰੰਥ ਨੂੰ ਦੇਖਿਆ ਨਹੀਂ, ਨਾ ਹੀ ਪੜ੍ਹਿਆ, ਇਹਨਾਂ ਨੂੰ ਇੰਨੇ ਵੀ ਨਹੀਂ ਪਤਾ। ਡਾਕਟਰ ਜੋਧ ਸਿੰਘ ਸਾਡੇ ਨਾਲ ਨੇ ਟ੍ਰਾਂਸਲੇਸ਼ਨ ਕੀਤੀ ਹੈ। ਡਾਕਟਰ ਸਾਹਿਬ ਤੁਹਾਡੇ ਤੇ ਜਾਣਾ ਚਾਹੁੰਗੇ, ਰੈਫਰੈਂਸ ਇਹਨਾਂ ਦਾ ਆਬਜੈਕਸ਼ਨੇਬਲ ਦੀ ਗੱਲ ਕੀਤੀ ਹੈ, ਮੈਂ ਤਾਂ ਉਸ ਤੋਂ ਥੋੜ੍ਹਾ ਅੱਗੇ ਜਾਣਾ ਚਾਹਾਂਗਾ। ਓਰੀਜਨ ਨੂੰ ਲੈ ਕੇ ਕਹਿੰਦੇ 75 ਨਾਟਕ ਇਸ ਗ੍ਰੰਥ ਦਾ ਨਾਂ ਸੀਗਾ, ਅਤੇ ਇਹਨੂੰ ਇਹਦੀ ਜਿਹੜੀ ਤੁਲਨਾ ਕੀਤੀ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ, ਕਿ ਵਾਕਈ ਕੋਈ ਤੁਲਨਾ ਹੋ ਰਹੀ ਹੈ ਜਿਸ ਉੱਤੇ ਓਬਜੈਕਸ਼ਨ ਕੀਤਾ ਜਾਵੇ ਜੋ ਕਿ ਨਹੀਂ ਹੋ ਸਕਦੀ? ਤੁਲਨਾ ਵਾਲੀ ਗੱਲ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਤਾਂ ਸਾਰੇ ਸੁਪਰੀਮ ਮੰਨਦੇ ਨੇ, ਉਹਦੇ ਨਾਲ ਤਾਂ ਕਿਸੇ ਦੀ ਤੁਲਨਾ ਨਹੀਂ ਹੈ। ਕਿਹਾ ਜਾਂਦਾ ਵੀ ਬਰਾਬਰ ਪ੍ਰਕਾਸ਼ ਨਹੀਂ ਕਰਨਾ ਚਾਹੀਦਾ ਸੀਗਾ, ਇਹਦਾ ਵੱਡਾ ਖੇੜਾ ਵੀ ਖੜਾ। ਲਿਟਰੇਚਰ ਹੈ, ਇੱਕ ਬਹੁਤ ਹੀ ਮੁੱਲਵਾਨ ਲਿਟਰੇਚਰ ਹੈ ਜਿਹਨੇ ਦਰਅਸਲ ਕਈ ਨਵੀਆਂ ਚੀਜ਼ਾਂ ਸਾਹਮਣੇ ਲਿਆਂਦੀਆਂ, ਜਿੱਦਾਂ ਨਮੂਨੇ ਤੌਰ 'ਤੇ ਤੁਸੀਂ ਬਚਿੱਤਰ ਨਾਟਕ ਗਿਆ। ਹਿੰਦੁਸਤਾਨ ਦੀ 5000 ਸਾਲ ਦੀ ਇਹ ਪਰੰਪਰਾ ਰਹੀ ਹੈ ਕਿ ਜਦੋਂ ਕੋਈ ਗ੍ਰੰਥ ਸ਼ੁਰੂ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਸਰਸਵਤੀ ਦੀ ਵੰਦਨਾ ਹੁੰਦੀ ਹੈ, ਕਵੀ ਕਰਦਾ, ਚਾਹੇ ਉਹ ਕਾਲੀਦਾਸ ਹੈ, ਚਾਹੇ ਬਾਬੂਤੀ ਹੈ, ਚਾਹੇ ਕੋਈ ਨੇ ਪੁਰਾਣੇ ਕਵੀ। ਫਿਰ ਉਸ ਤੋਂ ਬਾਅਦ ਉਹ ਗਣੇਸ਼ ਦੀ ਵੰਦਨਾ ਕਰਦਾ ਕਿਉਂਕਿ ਵਿਘਨ ਵਿਨਾਸ਼ਕ ਉਹਨੂੰ ਮੰਨਿਆ ਜਾਂਦਾ ਹੈ। ਤੁਸੀਂ ਦੇਖੋ ਬਚਿੱਤਰ ਨਾਟਕ ਸ਼ੁਰੂ ਹੋ ਰਿਹਾ ਹੈ ਅਤੇ ਵੰਦਨਾ ਕੀ ਹੈ? ਨਮਸਕਾਰ ਸ੍ਰੀ ਖੜਕ ਕੋ ਕਰੋ ਸੋਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥ ਹੈ ਤੁਮ ਮੈਂ ਕਰੋ ਸਹਾਏ। ਯਾਨੀ ਇਹ ਪਰੰਪਰਾ ਕਦੀ ਵੀ ਨਹੀਂ ਰਹੀ ਕਿ ਗ੍ਰੰਥ ਸ਼ੁਰੂ ਕਰਨਾ ਹੈ ਅਤੇ ਖੜਕ ਦੀ ਮਤਲਬ ਵੰਦਨਾ ਜਿਹੜੀ ਉਹ ਕੀਤੀ ਜਾਵੇ। ਇੱਕ ਨਵੀਂ ਪਰੰਪਰਾ ਮਤਲਬ ਗੁਰੂ ਜਿਹੜੇ ਨੇ ਉਹ ਚਲਾ ਰਹੇ ਨੇ, ਕਰ ਰਹੇ ਨੇ, ਅਤੇ ਲੋਕ ਉਸ ਬਚਿੱਤਰ ਨਾਟਕ ਨੂੰ ਵੀ ਕਹਿੰਦੇ ਨੇ ਵੀ ਨਹੀਂ ਜੀ ਇਹ ਗੁਰੂ ਸਾਹਿਬ ਦੀ ਰਚਨਾ ਨਹੀਂ ਹੈ। ਫਿਰ ਨਾਲ ਹੀ ਉਹਨਾਂ ਨੇ ਇੱਕ ਹੋਰ ਸਵਈਆ ਐਡ ਕੀਤਾ, ਖਾ ਖੰਡ ਬਿਅੰਡੰਗ ਖਲਦਲ ਖੰਡੰਗ ਅਤਿਰਣ ਮੰਡੰਗ ਬਰ ਵੱਡੰਗ ਭੁਜਦੰਡ ਖੰਡੰਗ ਤੇਜ ਪ੍ਰਚੰਡੰਗ ਜੋਤੀ ਮੰਡੰਗ ਮਹਾਨ ਪ੍ਰਭਮ ਸੁਖ ਸੰਤਾਂ ਕਰਣੰਗ ਕਿਲਵਿਖ ਹਰਣੰਗ ਦੁਰਮਤੀ ਦਰਣੰਗ ਅਸੀ ਸਰਣੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਿਪਾਰਨ ਜੈ ਤੇਗ। ਤੋ ਉਹ ਤੇਗ ਦੀ ਸ਼ਕਤੀ ਮਤਲਬ ਉਹਦੀ ਖੜਕ ਦੀ ਜਿਹੜੀ ਹੈ ਵੰਦਨਾ, ਇਹ ਪਹਿਲੀ ਵਾਰ ਹੋਈ ਹੈ ਹਿੰਦੁਸਤਾਨ ਵਿੱਚ। ਇੱਕ ਨਵੀਂ ਟ੍ਰੈਡੀਸ਼ਨ, ਨਵੀਂ ਪਰੰਪਰਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੀ ਹੈ। ਤੁਹਾਡੇ ਤੱਕ ਜਾਣਾ ਚਾਹਾਂਗਾ, ਇੱਕ ਜੇ ਬਾਰ ਬਾਰ ਗੱਲ ਆਉਂਦੀ ਵੀ ਪ੍ਰਕਾਸ਼ ਜਿਹੜਾ ਬਰਾਬਰ ਦੇ ਵਿੱਚ ਹੋ ਗਿਆ, ਇਹ ਆਪਣੇ ਆਪ ਓਬਜੈਕਸ਼ਨਲ, ਉਹਦੇ ਥੋੜ੍ਹਾ ਕਲੈਰੀਫਾਈ ਕਰੋ ਕਿ ਵਾਕਈ ਕੀ ਪ੍ਰਕਾਸ਼ ਕੀਤਾ ਜਾ ਰਿਹਾ ਅਤੇ ਕੀ ਉਹ ਹੋ ਸਕਦਾ ਨਹੀਂ ਹੋ ਸਕਦਾ। ਪਹਿਲੀ ਗੱਲ ਤਾਂ ਮੈਂ ਕਲੀਅਰ ਇਹ ਕਰਨੀ ਚਾਹਾਂਗਾ ਜੀ ਕਿ ਪ੍ਰਕਾਸ਼ ਸ਼ਬਦ ਦੇ ਮਾਇਨੇ ਨੇ ਜਿਹੜੇ ਨਾ ਉਹ ਅੱਜ ਕੁਛ ਹੋਰ ਲੈ ਜਾ ਰਹੇ ਨੇ। ਜਦੋਂ ਕਿ ਆਪਣੀ ਸਨਾਤਨੀ ਭਾਸ਼ਾ ਜਿਹੜੀ ਹਿੰਦੁਸਤਾਨ ਦੀ ਜਿਹੜੀ ਟਕਸਾਲੀ ਗੁਰਦੁਆਰਿਆਂ ਦੇ ਕਥਾਕਾਰ ਵਰਤਦੇ ਰਹੇ ਨੇ, ਕਿਸੇ ਵੀ ਕਿਤਾਬ ਨੂੰ ਖੋਲ੍ਹਣਾ ਅਤੇ ਪੜ੍ਹਨਾ ਉਹਨੂੰ ਪ੍ਰਕਾਸ਼ ਕਿਹਾ ਜਾਂਦਾ। ਪਹਿਲਾਂ ਤਾਂ ਮੇਰਾ ਨੁਕਤਾ ਇਹ। ਦੂਜਾ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਕੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਨਹੀਂ ਹੋਣਾ ਚਾਹੀਦਾ। ਹਾਂ, ਕੁਛ ਥਾਵਾਂ 'ਤੇ 101 ਪ੍ਰਕਾਸ਼ ਹੁੰਦੇ ਨੇ ਜੀ, ਉਹਨੂੰ ਕੋਤਰੀ ਕਹਿੰਦੇ ਨੇ। ਤੋ ਇੱਕੋ ਵਾਰੀ 101 ਪਾਠਾਂ 'ਤੇ ਫਿਰ ਅਰਦਾਸ ਹੋ ਜਾਂਦੀ ਹੈ, ਇਹ ਬੇਅਦਬੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਤੁਲ ਸੰਸਾਰ ਦੀ ਕੋਈ ਵਸਤੂ, ਕੋਈ ਪੁਸਤਕ, ਕੋਈ ਵਿਚਾਰ ਅਸੀਂ ਮੰਨਦੇ ਨਹੀਂ ਕਿ ਹੋ ਸਕਦਾ। ਇਸ ਕਰਕੇ ਵੱਖਰਾ ਦਸਮ ਗ੍ਰੰਥ ਦਾ ਪ੍ਰਕਾਸ਼ ਹੋਣਾ ਅਤੇ ਪਾਠ ਕਰਨਾ ਅਤੇ ਉਹਦੀ ਕਥਾ ਕਰਨੀ, ਕੀਰਤਨ ਕਰਨਾ, ਇਹ ਗੁਰਮਤ ਇਤਿਹਾਸ ਦਾ ਇੱਕ ਅਟੁੱਟ ਅੰਗ ਰਿਹਾ। ਦੂਜੀ ਜਿਹੜੀ ਮੈਂ ਅਰਜ਼ ਕਰਨੀ ਹੈ ਇਹ, ਕਿਉਂਕਿ ਆਪਾਂ ਦੋ ਗ੍ਰੰਥਾਂ ਬਾਬਤ ਵਿਚਾਰ ਕਰ ਰਹੇ ਹਾਂ, ਕਿ ਤੁਹਾਡੇ ਕਹਿੰਦਾ ਮਤਲਬ ਇਹ ਸ਼੍ਰੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ? ਕੋਈ ਪ੍ਰੋਬਲਮ ਨਹੀਂ, ਲੇਕਿਨ ਇਹ ਹੈ ਵੀ ਉਹਨਾਂ ਨੂੰ ਦੇ ਬਰਾਬਰ ਰੱਖ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਠੀਕ ਹੈ। ਤੋ ਅਗਲਾ ਗੱਲ ਮੈਂ ਜਿਹੜਾ ਇੰਪੋਰਟੈਂਟ ਨੁਕਤਾ ਸ਼ੇਅਰ ਕਰਨਾ ਚਾਹਾਂਗਾ ਤੁਹਾਡੇ ਨਾਲ, ਉਹ ਇਹ ਕਿ ਕੁਛ ਇਹ ਆਖਦੇ ਰਹੇ ਵਿਦਵਾਨ ਕਿ ਜੋ ਕੁਛ ਗੁਰੂ ਗ੍ਰੰਥ ਸਾਹਿਬ 'ਚ ਉਹੀ ਦਸਮ ਗ੍ਰੰਥ 'ਚ, ਇੱਕੋ ਹੀ ਸਿੱਖੇ, ਜੇ ਇੱਕੋ ਹੀ ਹੈ ਤਾਂ ਫਿਰ ਇਸ ਦੂਸਰੇ ਗ੍ਰੰਥ ਦੀ ਲੋੜ ਨਹੀਂ ਸੀ। ਕੁਛ ਆਖਦੇ ਨੇ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਵਿਰੁੱਧ ਹੈ, ਉਲਟ ਹੈ। ਜੇ ਇਹ ਗੱਲ ਹੈ ਤਾਂ ਗੁਰੂ ਖਾਲਸਾ ਪੰਥ ਨੇ ਇਹਨੂੰ ਹੁਣ ਤੱਕ ਰਹਿਣਾ ਆਪਣੇ ਨਾਲ ਨਹੀਂ ਰੱਖਣਾ ਸੀ। ਮੂਲ ਜਿਹੜਾ ਮੁੱਦਾ ਹੈ ਨਾ ਇੱਥੇ ਸਮਝਣ 'ਚ ਗਲਤੀ ਖਾ ਰਹੇ ਨੇ ਜਿਹੜੇ ਲੋਕ ਆਲੋਚਕ, ਉਹ ਇਹ ਕਿ ਦੋਹਾਂ ਗ੍ਰੰਥਾਂ ਦੀ ਸ਼ੈਲੀ ਹੈ ਜਿਹੜੀ ਉਹ ਭਿੰਨ ਭਿੰਨ ਤਰ੍ਹਾਂ ਦੀ ਹੈ। ਕੁਦਰਤੀ ਹੈ ਕਿ ਉਹ ਅਦ੍ਰਿਸ਼ਟਮਾਨ ਸੰਸਾਰ ਵੱਲ ਸੰਕੇਤ ਕਰਦਾ, ਇਹ ਦ੍ਰਿਸ਼ਟਮਾਨ ਸੰਸਾਰ ਵੱਲ। ਥੋੜਾ ਪ੍ਰੈਕਟੀਕਲ ਹੈ, ਵਿਵਹਾਰਿਕਤਾ ਕਰਕੇ ਸ਼ਾਇਦ ਵਿੱਚ ਉਹ ਨੈਗੇਟਿਵਿਟੀ ਦਾ ਵੀ ਰੈਫਰੈਂਸ ਹੈਗਾ। ਜੋ ਦੂਜੀ ਗੱਲ ਦਰਸਾ ਇੱਕ ਮੈਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਭਗਤਾਂ ਅਤੇ ਗੁਰੂਆਂ ਦੀਆਂ ਬਾਣੀਆਂ ਦੀਆਂ ਸ਼ੈਲੀਆਂ ਦੀ ਪਛਾਣ ਆ ਜਾਂਦੀ ਹੈ। ਭਗਤ ਰਵਿਦਾਸ ਜੀ ਦੀ ਬਾਣੀ ਦੀ ਸ਼ੈਲੀ, ਭਗਤ ਨਾਮਦੇਵ ਜੀ ਦੀ ਮਰਾਠਾ ਸ਼ਬਦਾਵਲੀ ਹੈਗੀ, ਬਾਬਾ ਫਰੀਦ ਜੀ ਦੀ ਬਾਣੀ, ਇਹ ਵੱਖ ਵੱਖ ਜਿਵੇਂ ਨਾ ਸਮੁੰਦਰ ਦੇ ਵਿੱਚ ਵੱਖ ਵੱਖ ਨਦੀਆਂ ਵਗਦੀਆਂ ਹੋਣ, ਇਹ ਦਿਸਦੇ ਨੇ। ਲੇਕਿਨ ਦਸਮ ਗ੍ਰੰਥ ਇੱਕ ਦੀ ਰਚਨਾ ਹੈ, ਸਾਰੀ ਦੀ ਸਾਰੀ ਸ਼ੈਲੀ ਇੱਕ ਹੈ। ਡਾਕਟਰ ਸਾਹਿਬ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ, ਇਸ ਕਿਹਾ ਜਾਂਦਾ ਵੀ ਲਗਭਗ 35 ਜਿਹੜੇ ਹੈਗੇ ਨੇ ਰਾਈਟਰਸ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਲੇਕਿਨ 36
ਕਮੀਆਂ ਦੀ ਗੱਲ ਕੀਤੀ ਹੈ ਵੀ ਸ਼ਾਮ ਜਾਂ ਰਾਮ ਇਸ ਕਿਸਮ ਦੀ ਰੈਫਰੈਂਸਿਸ ਦਿੱਤੇ ਗਏ ਨੇ, ਉਹ ਕੌਣ ਲੋਕ ਹੈਗੇ ਨੇ, ਉਹ ਕਿਹਨਾਂ ਦੀ ਬਾਣੀ? ਉਹ ਅਵਤਾਰਵਾਦੀਆਂ, ਇਹ ਕ੍ਰਿਟਿਕਸ ਦਾ ਸਵਾਲ ਹੈਗਾ, ਇਹ ਅਵਤਾਰਵਾਦੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਦੇ ਵਿੱਚ ਇਹ ਨਾਂ ਆਏ ਨੇ, ਲੇਕਿਨ ਕੋਈ ਇਹ ਵੀ ਤੇ ਨਾਲ ਦੱਸੇ ਵੀ ਉਹ ਰਾਮ ਔਰ ਸ਼ਾਮ ਕੌਣ ਸੀਗੇ ਜਾਂ ਉਹਨਾਂ ਦੀਆਂ ਹੋਰ ਰਚਨਾਵਾਂ ਕਿਹੜੀਆਂ ਨੇ? ਉਹਨਾਂ ਦਾ ਕੋਈ ਅੱਗਾ ਪਿੱਛਾ ਨਹੀਂ, ਐਕਚੁਅਲੀ ਗੁਰੂ ਗੋਬਿੰਦ ਸਿੰਘ ਦਾ ਹੀ ਨਾਂ ਜਿਹੜਾ ਹੈ ਉਹ ਸ਼ਾਮ ਵੀ ਸੀ ਤੇ ਉਹ ਰਾਮ ਵੀ ਸੀ ਘਰ ਦੇ ਵਿੱਚ। ਓਬਜੈਕਸ਼ਨ ਇਹ ਵੀ ਕਹਿੰਦੇ ਵੀ ਜਿੰਨੇ ਵੀ ਰਾਈਟਰਸ ਨੇ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਨਾਨਕ ਦੇ ਰੈਫਰੈਂਸ ਦੇ ਨਾਲ ਲਿਖਿਆ, ਯਾਨੀ ਕਿ ਨਾਨਕ ਦੇ ਵੱਲੋਂ ਲਿਖਿਆ, ਜਦੋਂ ਕਿ ਇੱਥੇ ਨਹੀਂ ਇੰਡੀਵਿਜੁਅਲ ਨਾਂ ਲਏ ਗਏ ਨਾਨਕ ਦੇ ਨਾਂ ਤੇ ਨਾਲ ਤੇ ਸਿਰਫ ਗੁਰੂ ਸਾਹਿਬਾਨ ਨੇ ਲਿਖਿਆ, ਜਿਹੜੇ ਭਗਤ ਸੀਗੇ ਉਹ ਭਗਤਾਂ ਦੇ ਗੁਰੂ ਸਾਹਿਬਾਨ ਨੇ, ਗੁਰੂ ਸਾਹਿਬਾਨ ਨੇ ਭਗਤਾਂ ਦੇ ਨਾਂ, ਇੱਥੇ ਫਿਰ ਗੁਰੂ ਸਾਹਿਬਾਨ ਨੇ ਨਾਮ ਲਏ? ਨਹੀਂ ਨਹੀਂ, ਇਹਨੂੰ ਤਾਂਹੀਓ ਤਾਂ ਕਹਿ ਰਹੇ ਨਾ, ਤੁਸੀਂ ਵੀ ਕਹਿ ਰਹੇ ਜੇ, ਔਰ ਉਹ ਠੀਕ ਗੱਲ ਹੈ ਵੀ ਇਹਨੂੰ ਉਹਦੇ ਨਾਲ ਕੰਪੇਅਰ ਨਹੀਂ ਆਪਾਂ ਕਰਨਾ, ਦੇਰ ਇਜ਼ ਨੋ ਕੰਪੈਰੀਜ਼ਨ। ਲੱਖੀ ਜੀ, ਇੱਕ ਹੋਰ ਬੜੀ ਇੰਪੋਰਟੈਂਟ ਹੈ ਕਿ ਨਾਨਕ ਹੀ ਲਫ਼ਜ਼ ਵਰਤਣਾ। ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਇਹ ਦੋ ਬਾਣੀਆਂ ਦੇ ਸਰੋਤ ਹਨ ਜਿਹੜੇ ਖਾਲਸੇ ਦੀ ਸਿਰਜਣਾ ਨਿਤਨੇਮ ਔਰ ਅੰਮ੍ਰਿਤ ਦੇ ਹਨ। ਸੋ ਜੇ ਅਗਰ ਇਹ ਗੱਲ ਲੈ ਲਈ ਜਾਏ ਤਾਂ ਫਿਰ ਤਾਂ ਸਾਡਾ ਸਾਰਾ ਸਿਸਟਮ ਹੀ ਟੁੱਟ ਜਾਏਗਾ, ਨੰਬਰ ਇੱਕ। ਨੰਬਰ ਦੋ, ਜੇਕਰ ਅਗਰ ਨਾਨਕ ਲਫ਼ਜ਼ ਹੋਣਾ ਜ਼ਰੂਰੀ ਹੈ ਤਾਂ ਜਪਜੀ ਸਾਹਿਬ ਵਿੱਚ ਕੋਈ ਉਹਦੇ 'ਚ ਮਹੱਲਾ ਨਹੀਂ ਲਿਖਿਆ, ਮਹੱਲਾ ਲਫ਼ਜ਼ ਹੈ ਉਹਦੇ 'ਚ ਨਹੀਂ ਹੈ ਜਪਜੀ ਸਾਹਿਬ ਵਿੱਚ, ਕੀ ਫਿਰ ਅਸੀਂ ਜਪਜੀ ਸਾਹਿਬ ਦੀ ਬਾਣੀ ਕੱਢ ਦਈਏ? ਇੱਕ ਹੋਰ ਨੁਕਤਾ ਬਹੁਤ ਅਹਿਮ ਹੈ ਕਿ ਗੁਰੂ ਸਾਹਿਬ ਦੇ 52 ਕਵੀ ਸਨ, ਉਹਨਾਂ ਦੀਆਂ ਰਚਨਾਵਾਂ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ ਨੇ ਛਾਪੀਆਂ, ਉਹਦੇ ਵਿੱਚ ਹਰ ਰਚਨਾ ਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਹੈ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸਤਤ ਕਰਦੇ ਆ, ਪਰ ਪੂਰੇ ਦਸਮ ਗ੍ਰੰਥ ਦੇ ਵਿੱਚ ਇੱਕ ਵੀ ਲਫ਼ਜ਼ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਦਾ ਨਹੀਂ ਹੈ, ਬਲਕਿ ਜਿੱਥੇ ਆਇਆ ਨੌ ਗੁਰੂ ਸਾਹਿਬਾਨ ਦਾ ਜ਼ਿਕਰ ਹੈ, ਤੇਗ ਬਹਾਦਰ ਸਿਮਰੀਏ ਕਰ ਨੌਨੇ ਦੇ ਆਵੇ ਤਾਂ ਆਏ, ਇਹਦਾ ਮਤਲਬ ਹੈ ਜੇ ਕੋਈ ਬਾਹਰਲਾ ਲਿਖੇਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੱਦਾਂ ਛੱਡ ਦੇਵੇਗਾ? ਜੇ ਵਾਰ ਸ੍ਰੀ ਭਗੌਤੀ ਜੀ ਕੀ ਲਿਖ ਰਿਹਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਕਰ ਰਿਹਾ ਹੈ ਮਗਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜ਼ਿਕਰ ਨਹੀਂ ਕਰ ਰਿਹਾ, ਸੋ ਇਹਦਾ ਮਤਲਬ ਹੈ ਕਿ ਲਿਖਾਰੀ ਜਿਹੜਾ ਹੈ ਉਹ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹੋ ਸਕਦੇ ਹਨ, ਔਰ ਫਿਰ ਜਦੋਂ ਲਿਖ ਰਹੇ ਹਨ ਮੁਰਪਿਤ ਪੂਰਬ ਕੀ ਇਸ ਪਿਆਰ ਛੋੜਦਾ ਬ੍ਰੇਕ ਬ੍ਰੇਕ ਮਾਫ ਕਰਨਾ ਲਾਭ ਜੀ ਤੁਹਾਨੂੰ ਵਿੱਚ ਟੋਕਣਾ ਪੈ ਰਿਹਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਛੋੜਾ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਸਾਡੀ ਗੱਲਬਾਤ ਚੱਲ ਰਹੀ ਸ੍ਰੀ ਦਸਮ ਗ੍ਰੰਥ ਦੀ ਰੈਲੇਵੈਂਸ ਦੇ ਬਾਰੇ, ਉਹਨਾਂ ਨੂੰ ਲੈ ਕੇ ਜਿਸ ਕਿਸਮ ਦੇ ਸਵਾਲ ਕ੍ਰਿਟਿਸਿਜ਼ਮ ਹੋ ਰਿਹਾ ਹੈਗਾ ਕਈ ਕੋਰਨਰਸ ਵੱਲੋਂ, ਹਾਲਾਂਕਿ ਜਿਹੜੀ ਪ੍ਰਮੁੱਖ ਧਾਰਾ ਹੈਗੀ ਉਸਨੇ ਐਕਸੈਪਟੈਂਸ ਦੇ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਲੇਕਿਨ ਵੱਖ ਵੱਖ ਸਮੇਂ ਦੇ ਵੱਖ ਵੱਖ ਜਿਹੜੇ ਕ੍ਰਿਟਿਕਸ ਹੈਗੇ ਨੇ ਕੁਝ ਸੈਕਸ਼ਨ ਦੇ, ਉਹ ਸਮਝਦੇ ਨੇ ਇੱਕ ਚੁਣੌਤੀ ਹੈਗੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰੀਕੇ ਨਾਲ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਕਿ ਸ਼ਾਇਦ ਵਾਸਤੇ ਵਿੱਚ ਇਹ ਗੱਲ ਨਹੀਂ ਹੈਗੀ, ਜਿਵੇਂ ਸਾਡਾ ਪੈਨਲ ਐਗਰੀ ਕਰ ਰਿਹਾ ਇੱਥੇ। ਡਾਕਟਰ ਜੋਧ ਸਿੰਘ ਜੀ ਹੈਗੇ ਨੇ ਸਾਡੇ ਨਾਲ, ਪ੍ਰੋਫੈਸਰ ਆਫ ਸਿੱਖਿਜ਼ਮ ਪੰਜਾਬੀ ਯੂਨੀਵਰਸਿਟੀ ਦੇ, ਡਾਕਟਰ ਪੰਨੂ ਵੀ ਹੈਗੇ ਨੇ। ਜੋਧ ਸਿੰਘ ਜੀ, ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗਾ, ਸਭ ਤੋਂ ਪਹਿਲਾਂ ਤਾਂ ਇਹ ਵੀ ਇਹਦੀ ਰਿਕੁਆਇਰਮੈਂਟ ਕੀ ਸੀ, ਕਿਉਂਕਿ ਜਿਹੜੇ ਕ੍ਰਿਟਿਕਸ ਹੈਗੇ ਨੇ ਉਹ ਸਮਝਦੇ ਨੇ ਇਹਦੇ ਪਿੱਛੇ RSS ਦੀਆਂ ਤਾਕਤਾਂ ਹੈਗੀਆਂ ਨੇ, ਇਹਦੇ ਪਿੱਛੇ ਕੁਝ ਐਸੇ ਵੈਸਟਡ ਇੰਟਰਸਟ ਹੈਗੇ ਨੇ ਜੋ ਕਿ ਕਿਤੇ ਨਾ ਕਿਤੇ ਇੱਕ ਪੈਰਲਲ ਅਥਾਰਟੀ ਖੜੀ ਕਰਨਾ ਚਾਹੁੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ। ਔਰ ਸਪਸ਼ਟ ਗੱਲ ਹੈ, ਦਸਮ ਗ੍ਰੰਥ ਦੀ ਲੋੜ ਕੀ ਹੈ, ਕਿਉਂ ਇਹਦੀ ਰਚਨਾ ਕੀਤੀ ਗਈ? ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਸ਼ਬਦ ਐਸੇ ਨੇ, ਜਿੱਦਾਂ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ, ਸੰਸਾਰ ਦਾਨ ਦੇ ਅੰਦਰ ਰੋਆਇਆ ਪਰਸ ਰਾਮ ਰੋਵੇ ਕਰ ਆਇਆ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਰੋਵੇ ਪਾਂਡਵ ਪਏ ਮਜੂਰ, ਜਿਨਕੇ ਸਵਾਮੀ ਰਹਿਤ ਹਜ਼ੂਰ, ਰੋਵੇ ਜਨਮੇ ਜਾ ਖੋਏ ਗਿਆ। ਹੁਣ ਇਹ ਸਾਰੀ ਇੰਡੀਅਨ ਮਾਈਥੋਲੋਜੀ ਦੀਆਂ ਮਤਲਬ ਇਹ ਪਰਸਨੈਲਿਟੀਜ਼ ਜੀ। ਹੁਣ ਇਹਨਾਂ ਪਰਸਨੈਲਿਟੀਜ਼ ਦੇ ਬਾਰੇ ਯਾਨੀ ਜਾਣਨ ਵਾਸਤੇ ਗੁਰੂ ਇਹ ਸੋਚ ਰਿਹਾ ਜਿਹਨੇ ਇਹ ਰਚਨਾ ਕੀਤੀ ਹੈ, ਭਈ ਮੇਰਾ ਸਿੱਖ ਜਿਹੜਾ ਉਹ ਫਿਰ ਪੰਡਿਤ ਕੋਲ ਜਾਏਗਾ, ਬ੍ਰਾਹਮਣ ਵਾਦ 'ਚੋਂ ਤਾਂ ਕੱਢਿਆ ਇਹਨਾਂ ਨੂੰ, ਅਤੇ ਮੁੜ ਕੇ ਉਸੇ ਜਾਲ ਦੇ ਮੱਕੜ ਜਾਲ ਵਿੱਚ ਜੇ ਫਸ ਗਿਆ ਤਾਂ ਇਹ ਬਹੁਤ ਗਲਤ ਗੱਲ ਹੋਏਗੀ। ਕਿਉਂ ਨਾ ਇਹਨਾਂ ਦੀਆਂ ਕਥਾਵਾਂ ਆਪ ਲਿਖੀਆਂ ਜਾਣ, ਔਰ ਜਿੰਨੇ ਉਹ 24 ਅਵਤਾਰ ਰਚਨਾਵਾਂ ਨੇ ਜਾਂ ਹੋਰ ਅਵਤਾਰਾਂ ਦੀਆਂ ਰਚਨਾਵਾਂ ਨੇ, ਉਹ ਸਾਰੀਆਂ ਇਹ ਡਿਪਿਕਟ ਕਰ ਰਹੀਆਂ ਨੇ ਇਹਨਾਂ ਦੀ ਐਕਚੁਅਲ ਲਾਈਫ, ਔਰ ਇਹ ਕਿਸ ਤਰ੍ਹਾਂ ਰੋਣਾ ਕਿਉਂ ਪਿਆ ਅਤੇ ਹੱਸਣਾ ਕਿਉਂ ਪਿਆ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ। ਤਾਂ ਇਹਦੀ ਬਹੁਤ ਜ਼ਰੂਰਤ ਸੀ ਮੈਨੂੰ ਤਾਂ ਆਉਣ ਲੱਗਦਾ, ਵੀ ਨਹੀਂ ਤਾਂ ਅਦਰਵਾਈਜ਼ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਵੀ ਭਾਈ ਗੁਰਦਾਸ ਦਾ ਬਹੁਤ ਸੰਖੇਪ ਹੈ, ਠੀਕ ਹੈ ਉਹਨੂੰ ਕੁੰਜੀ ਕਿਹਾ ਜ਼ਰੂਰ ਹੈ, ਲੇਕਿਨ ਉਹ ਬਹੁਤ ਹੀ ਲਰਨਡ ਲੋਕ ਜਿਹੜੇ ਨੇ ਦੇ ਕੈਨ ਅੰਡਰਸਟੈਂਡ ਦੈਟ, ਲੇਕਿਨ ਇਹ ਜਿਹੜੇ ਰੈਫਰੈਂਸਿਸ 24 ਅਵਤਾਰਾਂ ਦੀਆਂ ਕਥਾਵਾਂ ਨੇ, ਸਾਰੀਆਂ ਕਥਾਵਾਂ ਨੇ, ਔਰ ਤੁਸੀਂ ਦੇਖੋ ਸਾਰੀਆਂ ਕਥਾਵਾਂ ਨੂੰ ਲਿਖ ਕੇ ਵਿੱਚ ਵਿੱਚ ਕਮੈਂਟ ਦੇ ਰਹੇ ਨੇ ਉਹ ਕਿ ਮੈਂ ਨਾ ਗਣੇਸ਼ ਪ੍ਰਥਮ ਬਣਾਊਂ, ਖੈਰ ਇਹ ਤਾਂ ਤ੍ਰਿਆ ਚਰਿੱਤਰਾਂ ਦਾ ਹੀ ਪਾਰਟ ਹੈ ਚੌਪਈ ਦਾ, ਲੇਕਿਨ ਉਹ ਪਾਏਗਾ ਇਹ ਜਬ ਤੇ ਤੁਮਰੇ ਰਾਮ ਕਥਾ ਲਿਖ ਕੇ, ਉਹ ਸਾਰੀ ਉਸ ਗੱਲ ਨੂੰ ਫਿਰ ਉਹ ਕਹਿ ਰਹੇ ਨੇ। ਕ੍ਰਿਸ਼ਨ ਕਥਾ ਲਿਖ ਕੇ ਵੀ ਇਹ ਕਹਿ ਰਹੇ ਕਿ ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ, ਅਵਰ ਵਾਸਨਾ ਨਾ ਹੀ ਮੋਏ ਧਰਮ ਯੁੱਧ ਕੇ ਚਾਏ। ਮੈਂ ਸਿਰਫ ਲੋਕਾਂ 'ਚ ਧਰਮ ਯੁੱਧ ਦਾ ਚਾਅ ਭਰਨਾ, ਇਸ ਕਰਕੇ ਮੈਂ ਇਹ ਦਸਮ ਸਕੰਧ ਦੀ ਜਿਹੜੀ ਭਾਗਵਤ ਦੀ ਕਥਾ ਹੈਗੀ ਹੈ ਉਹਨੂੰ ਮੈਂ ਇੱਕ ਭਾਖਾ ਦੇ ਵਿੱਚ ਸਿੰਪਲ ਵਰਡਸ ਦੇ ਵਿੱਚ ਲਿਖ ਦਿੱਤਾ ਹੈ। ਇਹਦੀ ਲੋੜ ਬਹੁਤ ਸੀ। ਇਹਦੇ 'ਚ ਮੈਂ ਇਹ ਐਡ ਕਰਨਾ ਚਾਹਾਂਗਾ ਜੀ ਕਿ
ਇਹ ਜਾਣਨਾ ਚਾਹਾਂਗੇ ਮੈਂ ਉਸੇ ਚੀਜ਼ ਦਾ ਜੋ ਪਹਿਲਾ ਸਵਾਲ ਸੀ ਮੇਰਾ ਵੀ ਇਹਨੂੰ ਇਹਦੀ ਯੂਟੀਲਿਟੀ ਜਿਹੜੀ ਆਪਾਂ ਕਹਿੰਦੇ ਇੱਕ ਯੂਟੀਲੀਟੇਰੀਅਨ ਵਰਲਡ ਲਈ ਹੈ, ਇੱਕ ਲਾਈਫ ਦਾ ਵੇ ਆਫ ਲਿਵਿੰਗ ਜਿਹੜਾ ਹੈਗਾ ਉਹਦੇ ਉੱਤੇ ਇਹ ਚੀਜ਼ ਇਹ ਗ੍ਰੰਥ ਹੈਗਾ। ਲੇਕਿਨ ਇਹ ਜਾਣਨਾ ਚਾਹਾਂਗੇ ਵੀ ਇਹਦੀ ਜਿਹੜਾ ਓਬਜੈਕਸ਼ਨ ਕੀਤਾ ਜਾਂਦਾ ਵੀ ਜੇ ਇਹਨੂੰ ਘਰੇ ਬੈਠ ਕੇ ਨੋਰਮਲ ਨਹੀਂ ਲਿਆ ਜਾ ਸਕਦਾ, ਇਹਦੇ ਵਿੱਚ ਜਿਹੜੀਆਂ ਰੈਫਰੈਂਸਿਸ ਨੇ ਉਹ ਕਾਫੀ ਜ਼ਿਆਦਾ ਲਚਰ ਨੇ ਕਿਤੇ ਨਾ ਕਿਤੇ, ਮਾੜੇ ਬੰਦੇ ਨੂੰ ਨਾ ਹੈਂਡੀਕੈਪ ਮੰਨਦੇ ਹੋ? ਹਾਂ, ਮਾੜੇ ਬੰਦੇ ਨੂੰ ਨਾ ਸਵਾ ਬੁਰਾਈ ਤੋਂ ਹੋਰ ਕੁਛ ਨਜ਼ਰ ਨਹੀਂ ਆਉਂਦਾ। ਤੋ ਖੁਮਾਰ ਸਾਹਿਬ ਦਾ ਸ਼ੇਰ ਹੈ, ਤੂੰ ਯੂੰ ਹੀ ਇਲਜ਼ਾਮ ਦੇਤਾ ਹੈ ਕਿਸੀ ਕੋ ਦੇਖਣਾ, ਚੋਰ ਤੇਰਾ ਤੇਰੇ ਹੀ ਅੰਦਰ ਸੇ ਪਕੜਾ ਜਾਏਗਾ। ਜਿਹੜੀ ਜਿਹੜਾ ਜ਼ਿਕਰ ਹੋ ਰਿਹਾ ਸੀ ਨਾ 52 ਕਵੀਆਂ ਦਾ ਜੀ, 52 ਕਵੀਆਂ ਦੇ ਵਿੱਚੋਂ ਭਾਈ ਨੰਦ ਲਾਲ ਜੀ ਉਹ ਵੱਡੇ ਕਰਮਾਂ ਵਾਲੇ ਮਹਾਂਪੁਰਖ ਹੋਏ ਜਿਨ੍ਹਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਦਸਮ ਗ੍ਰੰਥ ਭਾਈ ਗੁਰਦਾਸ ਜੀ ਤੋਂ ਇਲਾਵਾ ਗਾਇਆ ਜਾਂਦਾ ਕੀਰਤਨ ਰਾਹੀਂ ਦਰਬਾਰ ਸਾਹਿਬ 'ਚ। ਅਤੇ 52 ਕਵੀਆਂ 'ਚੋਂ ਵੀ ਸਨ ਸੈਨਾਪਤ ਵੀ ਸਨ, ਸੈਨਾਪਤ ਦੇ ਗ੍ਰੰਥ ਵੱਖਰੇ ਨੇ, ਭਾਈ ਨੰਦ ਲਾਲ ਜੀ ਦੀ ਗ੍ਰੰਥਾਵਲੀ ਵੱਖਰੀ ਹੈ। ਐਡੇ ਵੱਡੇ ਸ਼੍ਰੋਮਣੀ ਕਵੀਆਂ ਦੀਆਂ ਰਚਨਾਵਾਂ ਦਸਮ ਗ੍ਰੰਥ ਦੇ ਵਿੱਚ ਕਿਉਂ ਨਹੀਂ ਰੱਖੀਆਂ ਗਈਆਂ ਜੀ? ਇੱਕ ਗੱਲ। ਦੂਜੀ ਗੱਲ ਜਿਹੜੀ ਮੈਂ ਵਿਸ਼ੇਸ਼ ਤੌਰ 'ਤੇ ਆਪਣੇ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹਾਂਗਾ ਉਹ ਇਹ ਕਿ ਆਲੋਚਨਾ ਕਰੋ ਜੀ ਸਦਕੇ, ਲੇਕਿਨ ਧਰਮ ਗ੍ਰੰਥ ਨੂੰ ਐਡਰੈਸ ਕਰ ਰਹੇ ਹੋ ਤੁਸੀਂ, ਧਰਮ ਗ੍ਰੰਥ ਬਾਬਤ ਗੱਲ ਕਰ ਰਹੇ ਹੋ, ਉਹਦੇ ਤੋਂ ਜ਼ਿੰਮੇਵਾਰੀ ਦਾ ਹਿਸਾਬ ਰੱਖਣਾ ਬਣਦਾ ਹੈ। ਅਸੀਂ ਬਤੌਰ ਸਿੱਖ ਗੁਰੂ ਸਾਹਿਬਾਨ ਦੇ ਵਸਤਰ ਤਾਂ ਕਿ ਉਹਨਾਂ ਦੇ ਜੋੜਿਆਂ ਦਾ ਵੀ ਸਤਿਕਾਰ ਕਰਦੇ ਹਾਂ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੇ ਥਾਨ ਸੁਹਾਵਾ ਰਾਮ ਰਾਜੀ, ਸਾਰੇ ਇੰਨੀ ਗੱਲ ਤਾਂ ਮੰਨਦੇ ਨੇ ਕਿ ਜਾਪ ਸਾਹਿਬ ਸਵਈਏ ਚੌਪਈ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਨੇ ਅਤੇ ਅੰਮ੍ਰਿਤ ਦੀਆਂ ਬਾਣੀਆਂ ਨੇ ਵੀ ਉਹ ਹੈਗੀਆਂ, ਇਹ ਗੁਰੂ ਗੋਬਿੰਦ ਸਿੰਘ ਦੀਆਂ ਨੇ। ਮੈਂ ਤਾਂ ਇਹ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੁਬਾਰਕ ਹੱਥਾਂ ਨਾਲ ਕਿਤੇ ਹਸਤਾਖਰ ਕਰ ਦਿੱਤੇ ਕਿਸੇ ਗ੍ਰੰਥ 'ਤੇ, ਉਹਦੇ ਬਾਰੇ ਜ਼ਿੰਮੇਵਾਰੀ ਨਾਲ ਗੱਲ ਕਰਨੀ ਪਏਗੀ। ਮੈਂ ਕਹਿੰਦਾ ਕਿਸੇ ਪੁਸਤਕ ਨੂੰ ਕਿਸੇ ਥਾਂ ਨੂੰ ਛੋਹ ਦਿੱਤਾ ਉਹਨਾਂ ਨੇ, ਉਹਦੇ ਬਾਬਤ ਆਲੋਚਕ ਨੂੰ ਵੀ ਗੱਲ ਜ਼ਿੰਮੇਵਾਰੀ ਨਾਲ ਕਰਨੀ ਪਏਗੀ। ਤੋ ਜਿਸ ਤਰੀਕੇ ਨਾਲ ਇਹਨਾਂ ਨੇ ਜੋ ਸ਼ਬਦਾਵਲੀ ਵਰਤੀ ਹੈ ਗੁਰੂ ਮਹਾਰਾਜ ਦੀਆਂ ਰਚਨਾਵਾਂ ਪ੍ਰਤੀ, ਉਹਨਾਂ ਰਚਨਾਵਾਂ ਪ੍ਰਤੀ ਜਿਹਨਾਂ ਦਾ ਕੀਰਤਨ ਹੁੰਦਾ ਹੈ, ਇਹ ਬਹੁਤ ਖਤਰਨਾਕ ਰੁਝਾਨ ਹੈ। ਨਵਾਂ ਸਰ ਜੀ, ਬੇਸਿਕਲੀ ਇਹਦੇ ਵਿੱਚ ਕੌਨਸਪੀਰੇਸੀ ਦੀ ਗੱਲ ਕੀਤੀ ਜਾਂਦੀ ਹੈ, ਕੌਨਸਪੀਰੇਸੀ ਦੀ ਗੱਲ। ਤੁਸੀਂ ਉਹਨਾਂ ਦੀ ਮੋਟਿਵ ਦੇ ਉੱਤੇ ਕੁਝ ਕਹਿਣਾ ਚਾਹੋਗੇ? ਕਿਉਂਕਿ ਤੁਹਾਡਾ ਤਾਂ ਮੋਟਿਵ, ਉਹ ਕਹਿੰਦੇ ਨੇ ਵੀ ਜੀ ਆਰਐਸਐਸ ਦੇ ਬੰਦੇ ਹੈਗੇ ਨੇ ਜੋ ਕਿ ਪੈਰਲਲ ਅਥਾਰਟੀ ਖੜੀ ਕਰਨਾ ਚਾਹੁੰਦੇ ਨੇ ਤੁਹਾਡੇ ਵਰਗੇ ਬੰਦੇ। ਬੜਾ ਅੱਛਾ ਤੁਸੀਂ ਇਸ ਚੀਜ਼ ਨੂੰ ਕਰ ਦਿੱਤਾ ਕਿ ਇਹ ਮੋਟਿਵ ਇਹਦਾ ਕੀ ਹੈਗਾ। ਮੋਟਿਵ ਉਹਨਾਂ ਦਾ ਕਹਿਣਾ ਹੈ ਕਿ ਆਰਐਸਐਸ ਦਾ ਗ੍ਰੰਥ ਹੈ, ਆਰਐਸਐਸ ਅੱਛੀ ਗੱਲ ਹੈ, ਉਹਨਾਂ ਦਾ ਫਲਸਫਾ ਹੈ, ਉਹ ਹਿੰਦੂ ਫਲਸਫੇ ਨੂੰ ਵਧਾਉਣਾ ਚਾਹੁੰਦੇ ਹੈ, ਉਸ ਜਿਹੜਾ ਉਹਨਾਂ ਦਾ ਪੱਕਾ ਉਹਦੇ 'ਚ ਕੋਈ ਇਤਰਾਜ਼ ਨਹੀਂ ਹੈ। ਪੂਰੇ ਦਸਮ ਗ੍ਰੰਥ ਦੇ ਵਿੱਚ ਸਾਰੀ ਖਾਲਸੇ ਦੇ ਨਿਆਰੇਪਣ ਦੀ ਵਾਰ ਵਾਰ ਗੱਲ ਕੀਤੀ ਗਈ ਹੈ, ਔਰ ਉਹ ਕਿਸ ਢੰਗ ਦੇ ਨਾਲ ਉਹ ਗੱਲ ਕਰਦੇ ਹਨ। ਮੈਂ ਇੱਕ ਸਿਰਫ ਲਾਈਨ ਇਹਦੇ 'ਚੋਂ ਪੜ੍ਹਦੇ ਹਾਂ ਦਸਮ ਗ੍ਰੰਥ ਦੇ ਵਿੱਚੋਂ ਕਿ ਆਰਐਸਐਸ ਇਹ ਲਿਖੇਗਾ, ਕਿ ਆਰਐਸਐਸ ਜੇ ਕਹਿੰਦੇ ਜੀ ਪੰਡਤਾਂ ਦਾ ਬ੍ਰਾਹਮਣਾਂ ਦਾ ਗ੍ਰੰਥ ਹੈ ਅਤੇ ਕੀ ਉਹਦੇ ਲਿਖੇਗਾ ਛਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਾਏ, ਕੀ ਉਹ ਲਿਖੇਗਾ, ਫਿਰ ਕੀ ਉਹ ਲਿਖੇਗਾ ਅਗਰ ਜੇ ਕੋਈ ਬ੍ਰਾਹਮਣ ਹੈ ਉਹ ਲਿਖ ਦੇਗਾ, ਕਹੋ ਮਿਸਰ ਆਗੇ ਕਹਾਂ ਜਵਾਬ ਦੇ ਹੋ, ਜਬੇ ਕਾਲ ਕੇ ਜਾਲ ਮੈਂ ਫਸ ਜੈ ਹੋ, ਕਹੋ ਕੌਣ ਸੋ ਪਾਠ ਕਹਿੋ ਤਹਾਂ ਹੀ ਤਉ ਲਿੰਗ ਪੂਜਾ ਕਰੋਗੇ ਉਹਾਂ ਹੀ, ਤਹਾਂ ਰੁਦਰ ਐਹੈ ਕਿ ਸ਼੍ਰੀ ਕ੍ਰਿਸ਼ਨ ਐਹੈ, ਜਹਾਂ ਬਾਂਧ ਸ੍ਰੀ ਕਾਲ ਤੋਕੋ ਚਲੈਹੈ, ਕਿਦੋ ਆਨ ਕੇ ਰਾਮ ਹੋਇਆ ਸਹਾਈ। ਔਰ ਇਹਦੇ ਬਾਅਦ ਇਹ ਲਿਖਿਆ ਜਿਹੜਾ ਸਪਸ਼ਟ ਕੀਤਾ, ਦਿਜ ਹਮ ਮਹਾਕਾਲ ਕੋ ਮਾਨੇ, ਹੁਣ ਅਸਲ ਚ ਇਹਦੀ ਕੰਸਪੀਰੇਸੀ ਨਾਲ ਮੈਂ ਸਹਿਮਤ ਹਾਂ। ਜਿਹੜੀ ਉਹ ਗੱਲ ਕਰਦੇ ਹੈ ਉਹ ਇਹ ਹੈਗਾ ਕਿ ਸਵਾਮੀ ਦਯਾਨੰਦ ਨੇ ਤਕਰੀਬਨ 125 ਸਾਲ ਪਹਿਲੇ ਕਿਹਾ ਸੀ ਆਪਣੀ ਕਿਤਾਬ ਸਤਿਆਗ ਪ੍ਰਕਾਸ਼ ਵਿੱਚ, ਲਿਖਿਆ ਸੀ ਬੜੀ ਸਪਸ਼ਟ ਤੌਰ ਦੇ ਉੱਤੇ ਕਿ ਇਹ ਜਿਹੜਾ ਦੇਵੀ ਦੀ ਆਰਾਧਨਾ ਕੀਤੀ, ਇਸ ਦਾ ਜਵਾਬ ਸਮੁੱਚੇ ਖਾਲਸਾ ਪੰਥ ਨੇ ਦੇ ਦਿੱਤਾ। ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਡਾਕਟਰ ਬਲਬੀਰ ਸਿੰਘ ਸਾਰਿਆਂ ਨੇ ਦੇ ਦਿੱਤਾ, ਇਹ ਮਸਲਾ ਹੱਲ ਹੋ ਗਿਆ। ਪਰ ਹੁਣ ਦੁਬਾਰਾ ਉਸ ਰਿਜੈਕਟਡ ਫਿਲਾਸਫੀ ਨੂੰ ਇਹ ਬੰਦੇ ਜਿਹੜੇ ਸਿੱਖ ਰੂਪ ਵਿੱਚ ਆ ਕੇ ਫਿਰ ਕਹਿ ਰਹੇ ਹੈ ਭਗਵਤੀ ਦਾ ਅਰਥ ਦੇਵੀ ਹੈ, ਜਿੱਥੇ ਭਗਵਤੀ ਗੁਰੂ ਸਾਹਿਬ ਕਹਿ ਰਹੇ ਮੈਂ ਉਸ ਭਗਵਤੀ ਨੂੰ ਮੰਨਦਾ ਜਿਹੜੀ ਲੋਹੇ ਚੋਂ ਕੱਢ ਕੇ ਬਣਾਈ ਗਈ ਹੈ, ਭਗਵਤੀ ਮੇਰੀ ਲੋਹੇ ਚੋਂ ਬਣੀ ਹੈ, ਨਮੋ ਸ੍ਰੀ ਭਗਵਤੀ ਬਡੈਲੀ ਸਰੋਈ, ਨੌ ਭਗਵਤੀ ਲੋਹ ਕੜਾਇਆ, ਮੈਂ ਉਸ ਨੂੰ ਮੰਨਦਾ ਜਿਹੜੀ ਕਦੇ ਵਿੱਚ ਆ ਕੇ ਦੋ ਕਰ ਦਿੰਦੀ ਨਹੀਂ, ਭਗਵਤੀ ਦੁਰਗ ਸਾਹਿਬ ਔਰ ਜਾਗਣ ਭਾਰੀ ਚੰਡੀ ਦੀ ਵਾਰ ਦੇ ਵਿੱਚ ਭਗਵਤੀ ਨੇ ਤੇ ਨਹੀਂ ਨਾ ਭਗਵਤੀ ਫੜ ਲਈ, ਫਿਰ ਮਤਲਬ ਉਹ ਦੁਰਗਾ ਤੇ ਦੁਰਗਾ ਚੁੱਕ ਕੇ ਨਹੀਂ ਮਾਰੀ। ਸੋ ਇਸ ਕਰਕੇ ਚਾਹੇ ਚੰਡੀ ਦੀ ਵਾਰ ਰਚੀ, ਚਾਹੇ ਚੰਡੀ ਦੀ ਵਾਰ ਰਚੀ ਜਾ ਰਹੀ ਹੈ, ਚਾਹੇ ਅਵਤਾਰ ਕਥਾਵਾਂ ਰਚੀਆਂ ਜਾ ਰਹੀਆਂ ਨੇ, ਹਰੇਕ ਬਾਣੀ ਦਾ ਆਰੰਭ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਲ ਹੁੰਦਾ।
ਪਹਿਲਾਂ ਤਾਂ ਫਰਕ ਇਹ ਹੈ ਵੈਦਿਕ ਥਾਵਾਂ ਨਾਲ, ਲੇਕਿਨ ਗੱਲ ਉਹ ਨਹੀਂ ਹੈ ਵੀ ਆਪਾਂ ਸਿਮਿਲੈਰਿਟੀਜ਼ ਕੀ ਨੇ, ਗੱਲ ਇਹ ਵੀ ਉਹਦੇ ਵਿੱਚ ਓਬਜੈਕਸ਼ਨੇਬਲ ਚੀਜ਼ਾਂ ਕੀ ਨੇ ਜੋ ਕਿ ਸ਼ਾਇਦ ਉਹ ਸਮਝ ਨਹੀਂ ਪਾ ਰਹੇ, ਜਿਵੇਂ ਤੁਸੀਂ ਕਹਿ ਰਹੇ ਕਿ ਕੰਟੈਕਸਟ ਹੈਗਾ। ਇਹ ਵੀ ਹੈ ਨਾ ਜੋ ਮੈਂ ਦੱਸ ਰਿਹਾ ਕਿ ਇਹ ਸਿੱਖਾਂ ਨੂੰ ਹਿੰਦੂ ਬਣਾ ਰਿਹਾ ਇਹ ਗ੍ਰੰਥ, ਇੱਕ ਤਰ੍ਹਾਂ ਦੇ ਵੀ ਲੱਗਦਾ ਹੈ, ਬਿਲਕੁਲ। ਲੇਕਿਨ ਜਦੋਂ ਪਾਠ ਕਰਾਂਗੇ ਨਾ ਗੰਭੀਰਤਾ ਨਾਲ ਆਪਾਂ ਦੇਖਾਂਗੇ ਕਿ ਇਹਦੇ ਅਵਤਾਰ ਨੇ ਜਿਹੜੇ ਉਹ ਪੁਰਾਣ ਕਥਾਵਾਂ ਦੇ ਅਵਤਾਰਾਂ ਨਾਲੋਂ ਬਿਲਕੁਲ ਭਿੰਨ ਨੇ, ਉਹ ਗੱਲ ਹੋਰ ਨੇ। ਗੱਲ ਉਹੀ ਹੈ ਜੀ ਕਿ ਡੀਕੋਡ ਨਹੀਂ ਕਰ ਪਾ ਰਹੇ ਲੋਕ, ਔਰ ਇਹ ਗੱਲ ਇਹਨਾਂ ਨੇ ਪਹਿਲਾਂ ਵੀ ਕਹੀ ਸੀ, ਉਹ ਬੜੀ ਠੀਕ ਸੀ ਕਿ ਰਿਗਵੇਦ ਦੇ ਵਿੱਚ ਯਮ ਯਮੀ ਸੰਵਾਦ ਹੈ, ਭੈਣ ਭਰਾ ਦੀ ਇਨਸੈਸ ਦੀ ਗੱਲ ਹੈ ਉੱਥੇ। ਕਦੀ ਕਿਸੇ ਫਿਲਾਸਫਰ ਕੋਲ ਸੁਣਿਆ ਤੁਸੀਂ ਵੀ ਰਿਗਵੇਦ ਸਾਰੇ ਨੂੰ ਕੰਡੈਮ ਕਰ ਦਿਓ ਤੁਸੀਂ, ਕਿਉਂਕਿ ਇਹਦੇ ਭੈਣ ਭਰਾ ਦੀ ਇਨਸੈਸ ਦੀ ਗੱਲ ਹੈ, ਜਾਂ ਹਿੱਸਾ ਕੱਢ ਦਿਓ ਜਾਂ ਮਤਲਬ ਇਹਨੂੰ ਕੱਢ ਦਿਓ ਡਿਲੀਟ ਕਰ ਦਿਓ। ਇਨਫੈਕਟ ਉਹ ਗੱਲ ਠੀਕ ਹੈ ਟੋਟੈਲਿਟੀ ਦੇ ਵਿੱਚ ਜਦੋਂ ਤੁਸੀਂ ਸਮਝੋਗੇ ਕਿਸੇ ਗੱਲ ਨੂੰ ਤੇ ਤਾਂ ਹੀ ਉਹਦਾ ਸਹੀ ਮਤਲਬ। ਦੇਖਣਾ ਸਾਡੇ ਕੋਲ ਸਮਾਂ ਘੱਟ ਹੈ ਲੰਬਾ ਜੀ, ਸਾਨੂੰ ਇਸ ਸੈਗਮੈਂਟ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਹੋਰ ਇਸ ਚਰਚਾ ਨੂੰ ਅੱਗੇ ਵਧਾਉਣ ਦਾ ਮੌਕਾ ਨਹੀਂ ਮਿਲਣਾ, ਲੇਕਿਨ ਤੁਸੀਂ ਸੁਣਿਆ ਤੇ ਸਮਝਿਆ ਕਿਸ ਤਰੀਕੇ ਨਾਲ ਸ੍ਰੀ ਦਸਮ ਗ੍ਰੰਥ ਦੀ ਜਿਹੜੀ ਰੈਲੇਵੈਂਸ ਹੈ ਉਸ ਉੱਤੇ ਗੱਲ ਹੋਈ, ਉਹਦੇ ਵਿੱਚ ਜਿਹੜੇ ਕੰਟੈਂਟਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਇੱਕ ਟੋਟੈਲੀਟੇਰੀਅਨ ਤਰੀਕੇ ਨਾਲ ਇੱਕ ਪੂਰੀ ਤਰੀਕੇ ਨਾਲ ਦੇਖਣ ਦੀ ਸਮਝਣ ਦੀ ਜ਼ਰੂਰਤ ਹੈ। ਜੇ ਇਕੱਲੇ ਇਕੱਲੇ ਵੱਖਰੇ ਵੱਖਰੇ ਅੰਸ਼ਾਂ ਨੂੰ ਦੇਖਿਆ ਜਾਏਗਾ ਤਾਂ ਸ਼ਾਇਦ ਉਹਦਾ ਮਤਲਬ ਉਹ ਨਹੀਂ ਹੋਏਗਾ ਜੋ ਕਿ ਇੰਪਲਾਈਡ ਰਹਿੰਦਾ ਹੈ ਇਸ ਕਿਸਮ ਦੀ ਰਚਨਾਵਾਂ ਦੇ ਵਿੱਚ। ਲੇਕਿਨ ਉਮੀਦ ਕਰਾਂਗੇ ਤੁਹਾਨੂੰ ਡਿਸਕਸ਼ਨ ਪਸੰਦ ਆਈ ਹੋਏਗੀ। ਕੁਛ ਕ੍ਰਿਟਿਕਸ ਸਨ ਜੋ ਕਿ ਸ਼ਾਇਦ ਇਸ ਪੈਨਲ ਡਿਸਕਸ਼ਨ 'ਤੇ ਮੌਜੂਦ ਨਹੀਂ ਹੋ ਪਾਏ, ਉਹ ਸ਼ਾਇਦ ਇਤਫਾਕ ਨਾ ਰੱਖਣ ਇਸ ਡਿਸਕਸ਼ਨ ਤੋਂ, ਲੇਕਿਨ ਬਾਏ ਐਂਡ ਲਾਰਜ ਅਸੀਂ ਕੋਸ਼ਿਸ਼ ਕੀਤੀ ਹੈ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਅਸੀਂ ਸਮਝਾ ਸਕੀਏ ਦਸਮ ਗ੍ਰੰਥ ਦੇ ਵਿੱਚ ਐਕਚੁਅਲੀ ਹੈ ਕੀ। ਆਪਣੇ ਕੋਈ ਮਹੱਤਵਪੂਰਨ ਵਿਚਾਰ ਹੋਣ ਸਾਨੂੰ ਜ਼ਰੂਰ ਇਸ ਐਡਰੈਸ 'ਤੇ ਲਿਖੋ, ਸਾਡਾ ਪਤਾ ਹੈ ਖਬਰ ਸਾਹਿਬ ਜੀ ਪੰਜਾਬੀ, ਪੋਸਟ ਬੈਗ ਨੰਬਰ 4599 ਹੋਸ ਖਾਸ, ਨਵੀਂ ਦਿੱਲੀ 1001, ਸਾਡਾ ਵੈਬਸਾਈਟ ਐਡਰੈਸ ਹੈ www.zpunjabi.com ਤੇ। ਇੱਕ ਹੋਰ ਚਰਚਾ ਲੈ ਕੇ ਇਸੇ ਤਰ੍ਹਾਂ ਇਸੇ ਮੰਚ 'ਤੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।